बोले सोने हाल सास भी अकाल। सभ्याचार रसम रिवाज की जदों गल आउंदी है तो पंजाबी सभ्याचार की अमीर विरासत का वो खजाना जो असी सांभी बैठे हाँ अपने जहन के नाल नाल घर की बैठक की परछत्ती ते ओ विरासत ते ओ खजाना जो हर कोई सांभना चाहता है पर सांभ ओ ही सकिया जिसनों दिल दियां गहराइयां तो पंजाब दी मिट्टी दे नाल नाल ते पंजाबी सभ्याचार नूं जिउंदा रखण दी तांग होवे चिणग होवे ते ओह चाहुंदा है कि आउण वालियां नसलां भाव आउण वालियां पीढ़ियां वी जानू होण पंजाब दे इस अमीर विरासत ते साडे नवें प्रोग्राम अनमोल खजाना तों। जिंदगी दी हर सवेर कुछ शर्तां लै के आउंदी है ते शाम कुछ तजर्बे छड़ जांदी है। ਉਹ ਇਦਾਂ ਦੇ ਤਜ਼ਰਬੇ ਨਾ ਤਾਂ ਕਦੇ ਕਿਸੇ ਨੇ ਸੋਚੇ ਹੁੰਦੇ ਨੇ ਅਤੇ ਨਾ ਕਦੇ ਕਿਸੇ ਨੇ ਤਜ਼ਰਬੇ ਕੀਤੇ ਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਰਣਦੀਪ ਕੌਰ ਤੁਹਾਡੇ ਰੂਬਰੂ ਪ੍ਰੋਗਰਾਮ ਅਨਮੋਲ ਖਜ਼ਾਨਾ ਅਤੇ ਅੱਜ ਅਨਮੋਲ ਖਜ਼ਾਨਾ ਦੇ ਵਿੱਚ ਕਿਹੜੀ ਪਰਸਨੈਲਿਟੀ ਤੁਹਾਡੇ ਰੂਬਰੂ ਹੋਣ ਜਾ ਰਹੀ ਹੈ ਮੈਂ ਦੱਸ ਦੇਵਾਂ ਕਿ ਆਪਣੇ ਕੰਮ ਕਿੱਤੇ ਤੋਂ ਇਲਾਵਾ ਜਿਹੜੇ ਬੰਦੇ ਨੇ ਜਿਹੜੇ ਸ਼ਖਸ ਨੇ ਨਾ ਸ਼ੌਕ ਪਾਲਿਆ ਹੁੰਦਾ ਹੈ ਖਜ਼ਾਨਾ ਆਪਣੇ ਸੱਭਿਆਚਾਰ ਔਰ ਰੀਤਾਂ ਨਾਲ ਜੁੜਿਆ ਹੋਇਆ ਅਨਮੋਲ ਹੋਵੇ ਅਤੇ ਉਹਨੂੰ ਆਪਣੇ ਘਰ ਦੇ ਘਿਰਾਉਣੇ ਦੇ ਵਿੱਚ ਸਾਂਭ ਕੇ ਸਮੇਟ ਕੇ ਰੱਖਿਆ ਹੋਵੇ ਅਤੇ ਬੱਚਿਆਂ ਵਾਂਗੂ ਪਾਲਿਆ ਹੋਵੇ ਉਹ ਹੀ ਬਣਦਾ ਹੈ ਗੈਸਟ ਸਾਡੇ ਇਸ ਪ੍ਰੋਗਰਾਮ ਦਾ ਜਿਹਦਾ ਨਾਮ ਹੈ ਅਨਮੋਲ ਖਜ਼ਾਨਾ ਪੰਜਾਬ ਦਾ। ਅਤੇ ਜੀ ਬਿਲਕੁਲ, ਉਹ ਸ਼ਖਸੀਅਤ ਦੇ ਕੋਲ ਕੀ ਹੈ, ਮਤਲਬ ਗਿਣਤੀ ਮੈਂ ਸ਼ੁਰੂ ਕਰਨ ਜਾ ਰਹੀ ਹਾਂ। ਕੋਇਨਸ ਦੀ ਗੱਲ ਕਰਾਂ, ਮਤਲਬ ਸਿੱਕੇ ਬੇਸ਼ੁਮਾਰ ਵੱਖਰੀ ਵੱਖਰੀ ਵਰਾਇਟੀ। ਸਟੈਂਪਸ ਦੀ ਗੱਲ ਕਰਾਂ, ਉਸ ਤੋਂ ਬਾਅਦ ਵਿਰਾਸਤੀ ਚੀਜ਼ਾਂ ਤੁਸੀਂ ਬਹੁਤ ਸਾਰੀਆਂ ਦੇਖ ਰਹੇ ਹੋ ਪਿੱਛੇ ਲੱਗੀਆਂ ਹੋਈਆਂ ਨੇ। ਔਰ ਸਭ ਤੋਂ ਅਨਮੋਲ ਹੈ ਕਿ ਉਹਨਾਂ ਕੋਲ ਪੁਰਾਣੇ ਬਾਈਕਸ ਨੇ, ਮੋਟਰਸਾਈਕਲ ਨੇ ਅਤੇ ਹੋਰ ਕੀ ਹੈ ਇਹ ਆਪਾਂ ਉਹਨਾਂ ਤੋਂ ਪੁੱਛਾਂਗੇ। ਅਤੇ ਉਸ ਸ਼ਖਸੀਅਤ ਦਾ ਨਾਂ ਹੈ ਜੀ ਸਰਦਾਰ ਨਵਦੀਪ ਸਿੰਘ। ਸਵਾਗਤ ਹੈ ਨਵਦੀਪ ਸਿੰਘ ਜੀ ਤੁਹਾਡਾ ਇਸ ਸ਼ੋਅ ਦੇ ਵਿੱਚ ਜਿਹਦਾ ਨਾਮ ਹੈ ਅਨਮੋਲ ਖਜ਼ਾਨਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਕਾਲ ਚੈਨਲ ਦੇ ਰਾਹੀਂ ਅਨਮੋਲ ਖਜ਼ਾਨੇ ਜੋ ਪ੍ਰੋਗਰਾਮ ਦੀ ਲੜੀ ਦੇ ਤਹਿਤ ਅੱਜ ਜੀਰਾ ਵਿਖੇ ਟੀਮ ਪਹੁੰਚੀ ਹੈ, ਮੈਂ ਜੀਰਾ ਪਹੁੰਚਣ 'ਤੇ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਭ ਨੂੰ ਜੀ ਆਇਆਂ ਆਖਦਾ। ਸ਼ੁਰੂਆਤ ਕਰਦੇ ਹਾਂ ਕਿਉਂਕਿ ਸ਼ੌਂਕ ਦੇ ਬਾਰੇ ਤਾਂ ਅਸੀਂ ਤੁਹਾਡੇ ਗੱਲ ਕਰਨੀ ਹੈ ਕਿਉਂਕਿ ਖਜ਼ਾਨਾ ਤੁਸੀਂ ਬਹੁਤ ਸਾਰਾ ਸਾਂਭ ਕੇ ਰੱਖਿਆ ਹੋਇਆ, ਪਰ ਉਦੋਂ ਪਹਿਲੇ ਸ਼ੁਰੂਆਤ ਕਰਦੇ ਹਾਂ ਤੁਹਾਡਾ ਜਨਮ, ਪਿਛੋਕੜ ਔਰ ਫੈਮਿਲੀ ਮੈਂਬਰਸ ਔਰ ਉਸ ਤੋਂ ਬਾਅਦ ਤੁਹਾਡੀ ਐਜੂਕੇਸ਼ਨ। ਮੇਰਾ ਜਨਮ ਸੰਨ 1987 ਵਿੱਚ ਜੀਰਾ ਵਿਖੇ ਹੋਇਆ। ਮੇਰੇ ਪਿਤਾ ਜੀ ਸਰਦਾਰ ਹਰਚਰਨਜੀਤ ਸਿੰਘ ਜੀ ਕਿੱਤੇ ਵਜੋਂ ਅਧਿਆਪਕ ਸਨ, ਹੁਣ ਉਹ ਰਿਟਾਇਰ ਹੋ ਚੁੱਕੇ ਹਨ। ਔਰ ਮੇਰੇ ਮਾਤਾ ਜੀ CST ਬਤੌਰ ਜੀਰਾ ਵਿਖੇ ਅਧਿਆਪਕ ਨੇ। ਮੇਰੇ ਪਤਨੀ ਜੋ ਕਿ ਅਧਿਆਪਕ ਦੇ ਕਿੱਤੇ ਨਾਲ ਸੰਬੰਧਿਤ ਨੇ, ਔਰ ਮੈਂ ਵਕਾਲਤ ਦੇ ਪੇਸ਼ੇ ਨਾਲ ਸੰਬੰਧਿਤ। ਮਤਲਬ ਕਹਿਣ ਤੋਂ ਭਾਵ ਤਾਰੀਫ ਹੋ ਗਈ ਹੈ ਮੰਮਾ ਪਾਪਾ, ਔਰ ਦੱਸ ਦਿੱਤਾ ਹੈ ਕਿ ਵਿਆਹ ਹੋਏ ਨੇ, ਪਾਰਟਨਰ ਦਾ ਨਾਮ ਲੈ ਲਿਆ ਔਰ ਸਾਰੀ ਪੜ੍ਹੀ ਲਿਖੀ ਫੈਮਿਲੀ ਹੈ ਜੀ। ਔਰ ਹੁਣ ਗੱਲ ਕਰਦੇ ਹਾਂ ਕਿ ਕਿੱਤਾ ਤੁਹਾਡਾ ਇੱਕ ਵੱਖਰਾ ਹੈ ਨਾ, ਔਰ ਇਹ ਵਾਲੀ ਚਿਣਕ ਜਿਹੜੀ ਤੁਹਾਨੂੰ ਲੱਗੀ ਹੈ, ਤੁਸੀਂ ਅਨਮੋਲ ਖਜ਼ਾਨਾ ਦੇ ਵਿੱਚ ਮਹਿਮਾਨ ਬਣੇ ਹੋ ਸਾਡੇ ਅਕਾਲ ਚੈਨਲ ਦੇ ਜ਼ਰੀਏ, ਅਤੇ ਕਿਸ ਤਰ੍ਹਾਂ ਮਤਲਬ ਫੈਮਿਲੀ ਦੇ ਵਿੱਚ ਕੋਈ ਸੀ ਜਿਹਦੇ ਕੋਲ ਥੋੜ੍ਹੀ ਜਿਹੀ ਕੁਲੈਕਸ਼ਨ ਸੀ ਜਾਂ ਕਿਸੇ ਨੂੰ ਦੇਖ ਕੇ ਇੰਸਪਾਇਰ ਹੋਏ ਹੋ ਤੁਸੀਂ? ਮੇਰੇ ਪਿਤਾ ਜੀ ਨੂੰ ਜਿਹੜੀਆਂ ਡਾਕ ਟਿਕਟਾਂ ਇਕੱਠੀਆਂ ਕਰਨ ਦਾ ਸ਼ੌਂਕ ਸੀਗਾ, ਜਿਨ੍ਹਾਂ ਨੂੰ ਮੈਂ ਸਮੇਂ ਸਮੇਂ 'ਤੇ ਵੱਖ ਵੱਖ ਥਾਵਾਂ 'ਤੇ ਡਾਕਖਾਨੇ ਜਾਂ ਜਦੋਂ ਚਿੱਠੀ ਦਾ ਰਿਵਾਜ਼ ਜ਼ਿਆਦਾ ਸੀ, ਫੋਨ ਘੱਟ ਸੀਗੇ, ਤਾਂ ਮੈਨੂੰ ਯਾਦ ਆ ਕਿ ਮੇਰੇ ਪਿਤਾ ਜੀ ਨੂੰ ਜਦੋਂ ਪਤਾ ਲੱਗਣਾ ਕਿਸੇ ਡਾਕੀਏ ਤੋਂ ਕਿ ਫਲਾਣੇ ਪਿੰਡ ਜਾਂ ਫਲਾਣੇ ਘਰ ਦੇ ਵਿੱਚ ਕੋਈ ਬਾਹਰੋਂ ਚਿੱਠੀ ਆਈ ਹੈ, ਤਾਂ ਮੇਰੇ ਪਿਤਾ ਜੀ ਨੇ ਸਾਈਕਲ 'ਤੇ ਜਾ ਕੇ ਜਿਨ੍ਹਾਂ ਦੇ ਘਰ ਚਿੱਠੀ ਗਈ ਹੁੰਦੀ ਸੀ ਉਹਨਾਂ ਦਾ ਪਤਾ ਕਰਨਾ, ਉਹਨਾਂ ਨੂੰ ਜਾ ਕੇ ਕਹਿਣਾ ਵੀ ਜਿਹੜੀ ਤੁਹਾਡੀ ਚਿੱਠੀ ਦੇ ਉੱਪਰ ਟਿਕਟ ਲੱਗੀ ਆ, ਮੈਨੂੰ ਸ਼ੌਂਕ ਹੈ ਇਕੱਠੀਆਂ ਕਰਨ ਦਾ। ਤਾਂ ਉਹਨਾਂ ਨੇ ਉਹ ਜਿਹੜੀ ਟਿਕਟਾਂ ਸੀਗੀਆਂ ਇਸ ਤਰ੍ਹਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ। ਮੈਂ ਉਹਨਾਂ ਦੀ ਮਿਹਨਤ ਵੱਲ ਵੇਖ ਕੇ ਅਤੇ ਉਹਨਾਂ ਦੇ ਸ਼ੌਂਕ ਨੂੰ ਦੇਖ ਕੇ ਜਿਹੜਾ ਇਹ ਮੈਂ ਸ਼ੌਂਕ ਆਪਦਾ ਸ਼ੁਰੂਆਤ ਕੀਤੀ ਹੈ, ਅਤੇ ਟਿਕਟਾਂ ਦੇ ਸ਼ੌਂਕ ਤੋਂ ਸ਼ੁਰੂਆਤ ਚੱਲਦੀ ਚੱਲਦੀ
ਮੈਨੂੰ ਜਿਹੜਾ ਸ਼ੌਂਕ ਵਧਿਆ, ਫਿਰ ਉਸ ਤੋਂ ਬਾਅਦ ਮੈਂ ਸਿੱਕੇ ਇਕੱਠੇ ਕਰਨੇ ਸ਼ੁਰੂ ਕੀਤੇ, ਬਾਅਦ ਵਿੱਚ ਗ੍ਰਾਮੋਫੋਨ ਅਤੇ ਹੋਰ ਜਿਹੜੀਆਂ ਘਰੇਲੂ ਵਸਤਾਂ ਜਿਹੜੀਆਂ ਰੋਜ਼ਾਨਾ ਜ਼ਿੰਦਗੀ ਵਿੱਚ ਸਾਡੇ ਕੰਮ ਆਉਂਦੀਆਂ ਰਹੀਆਂ, ਮੈਂ ਉਹਨਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਜੀ। ਨਵਦੀਪ ਜੀ, ਜੇ ਸਿੱਕਿਆਂ ਦੀ ਗੱਲ ਕਰੀਏ, ਤੁਸੀਂ ਦੱਸ ਦਿੱਤਾ ਸਾਡੇ ਦਰਸ਼ਕਾਂ ਨੂੰ ਕਿ ਨਵਦੀਪ ਸਿੰਘ ਨੂੰ ਇੰਸਪਾਇਰ ਹੋਏ ਨੇ ਆਪਣੇ ਫਾਦਰ ਤੋਂ ਹੀ, ਕਿਉਂਕਿ ਉਹ ਉਹਨਾਂ ਦੇ ਸ਼ੌਂਕ ਸੀਗਾ ਔਰ ਸਟੈਂਪਸ ਇਕੱਠੀਆਂ ਕਰਦੇ ਸਨ, ਟਿਕਟਾਂ ਇਕੱਠੀਆਂ ਕਰਦੇ ਸਨ, ਔਰ ਉੱਥੋਂ ਕਰੇਜ਼ ਲੱਗਾ ਕਿ ਕੁਝ ਵੱਖਰਾ ਹੈ, ਔਰ ਸ਼ਾਇਦ ਦੇਖਣ 'ਚ ਵਿੱਚ ਉਹਨਾਂ ਨੂੰ ਕੁਝ ਲੱਗਾ ਕਿ ਵਾਕਈ ਵੱਖਰਾ ਹੈ, ਹੌਲੀ ਹੌਲੀ ਸ਼ੁਰੂਆਤ ਹੋਈ ਔਰ ਨਾਲ ਦੀ ਨਾਲ ਸਟੈਪ ਬਾਏ ਸਟੈਪ ਇੱਕ ਪੌਡੇ ਤੋਂ ਦੂਸਰਾ ਪੌਡਾ, ਫਿਰ ਕੋਇਨਸ ਦੀ ਗਿਣਤੀ ਸ਼ੁਰੂ ਕੀਤੀ, ਉਸ ਤੋਂ ਬਾਅਦ ਵੱਖਰੀਆਂ ਵੱਖਰੀਆਂ ਚੀਜ਼ਾਂ ਨੂੰ ਆਪਣੀ ਕਲੈਕਸ਼ਨ ਦੇ ਵਿੱਚ ਇਕੱਤਰਿਤ ਕੀਤਾ। ਕੋਇਨਸ ਦੀ ਗੱਲ ਕਰਦੇ ਹਾਂ, ਸ਼ੁਰੂਆਤ ਕਰਦੇ ਹਾਂ, ਕਿੰਨੀ ਕੁ ਕੁਆਂਟਿਟੀ ਹੈ ਕੋਇਨਸ ਦੀ, ਕਲੈਕਸ਼ਨ ਹੈ, ਔਰ ਕਿਹੜੇ ਕਿਹੜੇ ਡਿਫਰੈਂਟ ਡਿਫਰੈਂਟ ਵਰਾਇਟੀਜ਼ ਹੈ ਕਲੈਕਸ਼ਨ ਕੋਇਨਸ ਦੇ ਵਿੱਚ? ਸਿੱਕਿਆਂ ਦੇ ਬਾਰੇ ਵਿੱਚ ਕਹਿਣਾ ਮੁਸ਼ਕਲ ਆ, ਕਿਉਂਕਿ ਸਿੱਕੇ ਇੱਕ ਅਜਿਹੋ ਜਿਹੀ ਚੀਜ਼ ਆ, ਜੇ ਅਗਰ ਆਪਾਂ ਉਹਨੂੰ ਇਕੱਠਾ ਕਰਨ ਲੱਗੇ ਤਾਂ ਸਾਰੀ ਜ਼ਿੰਦਗੀ ਵੀ ਲੱਗ ਸਕਦੀ ਆ, ਕਿਉਂਕਿ ਸਿੱਕਿਆਂ ਦੀਆਂ ਸਮੇਂ ਸਮੇਂ 'ਤੇ ਵੱਖ ਵੱਖ ਰਾਜ ਵਿੱਚ ਵੱਖਰੀ ਵੱਖਰੀ ਤਰ੍ਹਾਂ ਦੀ ਵਰਾਇਟੀ ਜਿਹੜੀ ਆ ਬਣਦੀ ਰਹੀ ਆ। ਮੇਰੇ ਕੋਲ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਲੈ ਕੇ ਉਸ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਵਾਲੇ ਕਾਫੀ ਤਰ੍ਹਾਂ ਦੇ ਸਿੱਕੇ ਹਨ ਜੋ ਕਿ ਮੇਰੀ ਪ੍ਰਦਰਸ਼ਨੀਆਂ ਅਤੇ ਮੇਰੇ ਘਰ ਦਾ ਸ਼ਿੰਗਾਰ ਨੇ। ਮੈਂ ਹੁਣ ਵੀ ਜਦੋਂ ਵੀ ਕਿਤੇ ਸਮਾਂ ਮਿਲਦਾ ਤਾਂ ਮੈਂ ਜਿੱਥੋਂ ਕਿਤੋਂ ਪਤਾ ਲੱਗ ਜਾਂਦਾ, ਚਾਹੇ ਕਿਸੇ ਕੋਲ ਇੱਕ ਸਿੱਕਾ ਪਿਆ, ਕਿਸੇ ਸੁਨਿਆਰੇ ਦੀ ਦੁਕਾਨ 'ਤੇ ਕੋਈ ਸਿੱਕਾ ਵੇਚਣ ਆ ਗਿਆ, ਕਿਸੇ ਕਬਾੜੀਏ ਕੋਲ ਪਹੁੰਚ ਗਿਆ ਕਿਸੇ ਤਰ੍ਹਾਂ, ਜਾਂ ਕਿਸੇ ਘਰ ਵਿੱਚ ਕਿਸੇ ਬਜ਼ੁਰਗ ਮਾਈ ਕੋਲ ਪਿਆ, ਤਾਂ ਮੈਂ ਉਹਦੇ ਕੋਲ ਚਲਿਆ ਜਾਂਦਾ। ਪਹਿਲਾਂ ਮੈਂ ਉਹਨਾਂ ਗੱਲ ਕਰਦਾ, ਆਪਦੇ ਸ਼ੌਂਕ ਬਾਰੇ ਦੱਸਦਾ, ਅਗਰ ਮੈਨੂੰ ਸਿੱਕਾ ਮਿਲ ਜਾਂਦਾ ਮੈਂ ਉਹਦਾ ਧੰਨਵਾਦ ਕਰਦਾ ਕਿ ਉਹਨੇ ਮੈਨੂੰ ਸਿੱਕਾ ਦਿੱਤਾ, ਮੇਰੇ ਇਸ ਖਜ਼ਾਨੇ ਦੇ ਵਿੱਚ ਉਹ ਸਿੱਕਾ ਆਇਆ, ਮੇਰੇ ਖਜ਼ਾਨੇ ਦਾ ਹਿੱਸਾ ਬਣਿਆ। ਹੁਣ ਵੀ ਮੇਰੇ ਇਲਾਕੇ ਦੇ ਅਤੇ ਹੋਰ ਗੁਰਦੁਆਰਾ ਸਾਹਿਬਾਨ ਮੰਦਰਾਂ ਜਾਂ ਜਿਹੜੇ ਲੋਕਾਂ ਨੂੰ ਮੇਰੇ ਬਾਰੇ ਪਤਾ ਕਿ ਇਹਨੂੰ ਸਿੱਕੇ ਇਕੱਠੇ ਕਰਨ ਦਾ ਸ਼ੌਂਕ ਆ, ਜਦੋਂ ਵੀ ਕਿਸੇ ਜਗ੍ਹਾ 'ਤੇ ਕੋਈ ਗੋਲਕ ਖੁੱਲ੍ਹਦੀ ਆ ਜਾਂ ਕਿਸੇ ਤਰ੍ਹਾਂ ਕੋਈ ਸਿੱਕਿਆਂ ਦੀ ਜਿਹੜੀ ਗੋਲਕ ਵਿੱਚੋਂ ਬਾਹਰ ਕੱਢਦੇ ਆ, ਤਾਂ ਉਹ ਮੈਨੂੰ ਦੱਸ ਦਿੰਦੇ ਵੀ ਫਲਾਣੇ ਦਿਨ ਜਿਹੜੀ ਆ ਉਹਦੀ ਗਿਣਤੀ ਹੋਏਗੀ, ਤੂੰ ਜ਼ਰੂਰ ਪਹੁੰਚ ਜੀ। ਮੈਂ ਆਪਦੇ ਅਦਾਲਤੀ ਔਰ ਕੰਮਕਾਜ ਦੇ ਵਿੱਚੋਂ ਸਮਾਂ ਕੱਢ ਕੇ ਮੈਂ ਉੱਥੇ ਪਹੁੰਚ ਜਾਂਦਾ ਅਤੇ ਮੈਨੂੰ ਕੋਈ ਨਾ ਕੋਈ ਸਿੱਕਾ ਕਿਤੋਂ ਨਾ ਕਿਤੋਂ ਜ਼ਰੂਰ ਮਿਲ ਜਾਂਦਾ ਜੀ। ਔਰ ਨਵਦੀਪ ਜੀ, ਚੀਜ਼ ਮਿਲਣਾ ਸੁਭਾਵਿਕ ਗੱਲ ਹੈ, ਤੁਸੀਂ ਲਿੰਕ ਬਣੇ ਹੋਏ ਨੇ ਅਤੇ ਤੁਹਾਨੂੰ ਪਤਾ ਲੱਗ ਜਾਂਦਾ ਕਿਸੇ ਨਾ ਕਿਸੇ ਜ਼ਰੀਏ, ਕਿਉਂਕਿ ਇਲੈਕਟ੍ਰੋਨਿਕ ਮਾਧਿਅਮ ਜਿਹੜਾ ਹੈ ਉਹ ਅੱਜ ਕੱਲ੍ਹ ਦੇ ਸਮੇਂ ਵਿੱਚ ਬਹੁਤ ਈਜ਼ੀ ਪ੍ਰੋਸੈਸ ਹੋ ਗਿਆ। ਪਰ ਜਦੋਂ ਤੁਸੀਂ ਇਹ ਚੀਜ਼ਾਂ ਲੈਣ ਜਾਂਦੇ ਹੋ ਤਾਂ ਫ੍ਰੀ ਆਫ ਕੋਸਟ ਮਿਲ ਜਾਂਦੀ ਹੈ ਜਾਂ ਫਿਰ ਉਹਦੇ ਵਾਸਤੇ ਤੁਹਾਨੂੰ ਕੁਝ ਅਦਾਇਗੀ ਕਰਨੀ ਪੈਂਦੀ ਹੈ? ਬਹੁਤੀ ਵਾਰ ਤਾਂ ਮੈਨੂੰ ਅਦਾਇਗੀ ਕਰਨੀ ਪਈ ਆ। ਸਿੱਕੇ ਕਿਉਂਕਿ ਬਹੁਤ ਘੱਟ ਹੁਣ ਮਿਲਦੇ ਆ ਪੁਰਾਣੇ, ਅਗਰ ਜਿਹਦੇ ਕੋਲ ਵੀ ਹੁੰਦੇ ਆ ਅਤੇ ਕਈ ਵਾਰੀ ਜੇ ਤਾਂ ਉਹ ਆਪ ਸ਼ੌਂਕ ਵਾਲਾ ਹੋਵੇ ਤਾਂ ਉਹ ਸਿੱਕਾ ਕਈ ਵਾਰੀ ਕੀਮਤ ਉਹਦੀ 100 ਰੁਪਏ ਜਾਂ 200 ਰੁਪਏ ਤੀਕਰ ਹੁੰਦੀ ਹੈ, ਤਾਂ ਕਈ ਵਾਰੀ ਮੈਨੂੰ 1000 ਰੁਪਏ ਦੇ ਕੇ ਵੀ ਉਹ ਸਿੱਕਾ ਮੈਨੂੰ ਲੈਣਾ ਪੈਂਦਾ, ਕਿਉਂਕਿ ਮੇਰਾ ਸ਼ੌਂਕ ਆ, ਮੇਰਾ ਮਿਸ਼ਨ ਆ ਕਿ ਮੇਰੇ ਕੋਲ ਸਿੱਕੇ ਵੱਧ ਤੋਂ ਵੱਧ ਇਕੱਠੇ ਹੋਣ ਅਤੇ ਮੇਰੀ ਜਿਹੜੀ ਇਹ ਜਿਹੜੀ ਵਿਰਾਸਤੀ ਘਰੇਲੂ ਬਣਾਈ ਹੋਈ ਆ ਉਹਦੇ ਵਿੱਚ ਮਤਲਬ ਯੋਗਦਾਨ ਵਧੇ। ਅਤੇ ਕੋਇਨਸ ਤੋਂ ਆਪਾਂ ਅੱਗੇ ਵੱਧਦੇ ਹਾਂ, ਕੋਇਨਸ ਤੋਂ ਬਾਅਦ ਕਿਹੜੀ ਸੈਕਿੰਡ ਟਰਮ ਸੀ ਜੋ ਜਿਹੜੀ ਸੈਕਿੰਡ ਸਿਲੈਕਸ਼ਨ ਸੀ ਜਿਹੜੀ ਤੁਹਾਨੂੰ ਲੱਗਿਆ ਕਿ ਨਹੀਂ ਹੁਣ ਕੋਇਨਸ ਬਹੁਤ ਜ਼ਿਆਦਾ ਹੋ ਗਏ ਨੇ ਅਤੇ ਹੁਣ ਮਤਲਬ ਅਗਲਾ ਸਟੈਪ ਜਿਹੜਾ ਪੌੜੀ ਜਿਹੜੀ ਅਗਲੀ ਚੜ੍ਹਨੀ ਚਾਹੀਦੀ ਹੈ? ਸਿੱਕਿਆਂ ਦੀ ਕਲੈਕਸ਼ਨ ਤੋਂ ਬਾਅਦ ਮੈਂ ਜਿਹੜੇ ਤਵੇ ਆ ਉਹ ਇੱਕ ਦੋ ਵਾਰ ਟੀ ਵੀ 'ਤੇ ਔਰ ਨੈੱਟ ਦੇ ਜ਼ਰੀਏ ਮੈਂ ਦੇਖਿਆ ਕਿ ਕਿਸ ਤਰ੍ਹਾਂ ਉਹ ਚੱਲਦੇ ਆ, ਸੂਈ ਉਹਨਾਂ ਨੂੰ ਚਲਾਉਂਦੀ ਹੈ। ਉਸ ਤੋਂ ਬਾਅਦ ਮੈਨੂੰ ਸ਼ੌਂਕ ਜਾਗਿਆ ਕਿ ਮੈਂ ਜ਼ਰੂਰ ਜਿਹੜੇ ਗ੍ਰਾਮੋਫੋਨ ਔਰ ਰਿਕਾਰਡ ਜਿਨ੍ਹਾਂ ਨੂੰ ਲੱਖ ਦੇ ਤਵੇ ਕਿਹਾ ਜਾਂਦਾ ਵੀ ਇਕੱਠੇ ਕਰਾਂ। ਮੈਂ ਹੌਲੀ ਹੌਲੀ ਕਰਕੇ ਉਹ ਪਿੰਡਾਂ ਸ਼ਹਿਰਾਂ ਤੋਂ ਸ਼ੁਰੂਆਤ ਕੀਤੀ, ਮੈਂ ਆਪਣੇ ਜ਼ਿਲ੍ਹੇ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਅਤੇ ਹੋਰ ਬਹੁਤ ਦੇਹਰਾਦੂਨ ਤੀਕਰ ਮੈਂ ਜਿੱਥੋਂ ਵੀ ਕਿਤੋਂ ਮੈਨੂੰ ਪਤਾ ਲੱਗਾ ਕਿ ਉਹ ਭਾਵੇਂ ਹਿੰਦੀ ਵਿੱਚ ਜਾਂ ਪੰਜਾਬੀ ਕਿਸੇ ਗਾਇਕ ਦੀ ਆਵਾਜ਼ ਵਿੱਚ ਤਵਾ, ਤਾਂ ਮੈਂ ਉੱਥੇ ਲੈਣ ਲਈ ਪਹੁੰਚ ਜਾਂਦਾ। ਗੱਲ ਕੀਤੀ ਹੈ ਤੁਸੀਂ ਰਿਕਾਰਡਸ ਦੀ ਜਿਹਨੂੰ ਤਵੇ ਕਹਿੰਦੇ ਨੇ, ਪਹਿਲੇ ਕਦੀ ਬਚਪਨ ਦੇ ਵਿੱਚ ਸੁਣੇ ਸੀਗੇ, ਕਦੀ ਘਰ ਦੇ ਵਿੱਚ ਇੱਕ ਅੱਧਾ ਰਿਕਾਰਡ ਪਿਆ ਹੋਵੇ, ਤੁਹਾਨੂੰ ਲੱਗਾ ਹੋਵੇ ਕਿ ਨਹੀਂ ਇਹਦਾ ਮਿਊਜ਼ਿਕ ਵਧੀਆ ਅਤੇ ਤਾਂ ਇਹਦੀ ਕਲੈਕਸ਼ਨ ਤੁਸੀਂ ਕਰਨੀ ਸਟਾਰਟ ਕੀਤੀ, ਅਤੇ ਤਵੇ ਰਿਕਾਰਡਸ ਦੀ ਕਿੰਨੀ ਗਿਣਤੀ ਹੈ? ਪੰਜਾਬੀ ਹਿੰਦੀ ਤੁਸੀਂ ਦੱਸ ਦਿੱਤਾ, ਪਰ ਹੁਣ ਵੀ ਜਦੋਂ ਸਮਾਂ ਲੱਗਦਾ ਇਹ ਰਿਕਾਰਡਸ ਨੂੰ ਤਵੇ ਨੂੰ ਚਲਾ ਕੇ ਉਹਦੀ ਸੂਈ ਨੂੰ ਟਿੱਕ ਕਰਕੇ ਅਤੇ ਸੁਣਦੇ ਹੋ? ਹਾਂਜੀ, ਜਿਹੜੀ ਤੁਸੀਂ ਤਵਿਆਂ ਬਾਰੇ ਗੱਲ ਕੀਤੀ ਆ, ਮੇਰੇ ਪਰਿਵਾਰ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਸੀ। ਮੈਂ ਕਈ ਵਾਰੀ ਦੁਕਾਨਾਂ 'ਤੇ ਜਾਣਾ, ਜਦੋਂ ਕੈਸਟ ਭਰਾਉਣ ਜਾਂਦੇ ਹੁੰਦੇ ਸੀ ਤਾਂ ਦੇਖਣਾ ਕਿ ਇੱਕ ਦੋ ਤਵੇ ਟੰਗੇ ਆ, ਤਾਂ ਉਹਨਾਂ ਨੂੰ ਪੁੱਛਣਾ ਕਿ ਗੋਲ ਚੱਕਰ ਕੀ ਆ, ਤਾਂ ਉਹਨਾਂ ਦੱਸਣਾ ਕਿ ਇਹ ਪੁਰਾਣੀ ਸੀਡੀ ਹੈ, ਇਹਦੇ ਵਿੱਚ ਗਾਣੇ ਚੱਲਦੇ ਹੁੰਦੇ ਸੀ, ਇੱਕ ਪਾਸੇ 6 ਗਾਣੇ ਹੁੰਦੇ ਸੀ ਅਤੇ ਦੂਸਰੇ ਪਾਸੇ ਵੀ। ਲੋਕ ਇਸ ਨੂੰ ਗ੍ਰਾਮੋਫੋਨ 'ਤੇ ਰੱਖ ਕੇ ਚਲਾਉਂਦੇ ਸੀ ਅਤੇ ਇਹਦੀ ਸੂਈ ਚੱਕਣ ਪਿੱਛੇ ਵਿਆਹਾਂ ਸ਼ਾਦੀਆਂ ਵਿੱਚ ਕਈ ਵਾਰੀ ਅੱਜ ਦੇ ਡੀਜੇ ਵਾਂਗ ਲੜਾਈ ਵੀ ਹੋ ਜਾਂਦੀ ਸੀ, ਕਲੇਸ਼ ਪੈ ਜਾਂਦਾ ਸੀਗਾ ਸੂਈ ਚੱਕਣ ਪਿੱਛੇ। ਜਦੋਂ ਇਸ ਤਰ੍ਹਾਂ ਮੈਂ ਦੇਖਿਆ ਤਾਂ ਮੈਨੂੰ ਸ਼ੌਂਕ ਜਾਗਿਆ ਕਿ ਜ਼ਰੂਰ ਇਹ ਵੀ ਇੱਕ ਨਾ ਇੱਕ ਦਿਨ ਜਿਹੜੀ ਅਭੁੱਲ ਯਾਦ ਬਣ ਜਾਣੀ ਆ, ਤਾਂ ਉਸ ਤੋਂ ਬਾਅਦ ਮੈਂ ਜਿਹੜੇ ਆ ਤਵੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਤਵਿਆਂ ਬਾਰੇ ਅਗਰ ਮੈਂ ਦੱਸਾਂ ਤਾਂ ਮੇਰੇ ਕੋਲ ਪੱਥਰ ਦੇ ਰਿਕਾਰਡ 1000 ਦੀ ਗਿਣਤੀ ਵਿੱਚ ਨੇ ਔਰ ਲਗਭਗ ਮੇਰੇ ਕੋਲ 12-13 ਹਜ਼ਾਰ ਰਿਕਾਰਡ ਮੌਜੂਦ ਹੈਗਾ, ਅਤੇ ਮੇਰੀ ਹੁਣ ਵੀ ਜਿਹੜੀ ਇਹ ਜੰਗ ਜਾਰੀ ਆ।
ਜਿੱਥੋਂ ਕਿਤੋਂ ਵੀ ਮੈਨੂੰ ਪਤਾ ਲੱਗਦਾ ਕਿ ਰਿਕਾਰਡ ਕਿਸੇ ਕੋਲ ਪਏ ਆ ਤਾਂ ਮੈਂ ਜ਼ਰੂਰ ਉਹਦੇ ਕੋਲ ਪਹੁੰਚ ਜਾਂਦਾ। ਅਗਰ ਉਹ ਦੇ ਦੇਵੇ ਤਾਂ ਠੀਕ ਆ, ਅਤੇ ਕਈ ਵਾਰੀ ਤਾਂ ਮੈਨੂੰ ਦੋ ਦੋ ਤਿੰਨ ਤਿੰਨ ਸਾਲ ਕਿਸੇ ਕੋਲ, ਚਾਹੇ 2 ਰਿਕਾਰਡ ਆ ਜਾਂ 10 ਰਿਕਾਰਡ ਆ, ਮੈਨੂੰ ਪਤਾ ਲੱਗ ਜਾਵੇ ਕਿ ਇਸ ਬੰਦੇ ਕੋਲ ਰਿਕਾਰਡ ਪਏ ਆ, ਤਾਂ ਮੈਂ ਉਹਦੇ ਕੋਲ ਜਾਣਾ ਹਟਦਾ ਨਹੀਂ ਗਾ, ਮੈਂ ਜਾਂਦਾ ਰਹਿੰਦਾ, ਮੇਰਾ ਹੀ ਜਿਹੜਾ ਸੰਘਰਸ਼ ਆ ਉਸ ਬੰਦੇ ਤੀਕਰ ਜਾਰੀ ਰਹਿੰਦਾ। ਅਤੇ ਰਿਕਾਰਡਸ ਦੀ ਗੱਲ ਕੀਤੀ ਹੈ ਨਵਦੀਪ ਜੀ, ਸਭ ਤੋਂ ਫੇਵਰੇਟ ਸਿੰਗਰ ਗਾਇਕ ਪਹਿਲੇ ਸਮਿਆਂ 'ਚ ਜਦੋਂ ਦੇ ਤਵੇ ਰਿਕਾਰਡਸ ਚੱਲਦੇ ਨੇ, ਮਤਲਬ ਕਿਹੜਾ ਫੇਵਰੇਟ ਹੈ ਉਹਨਾਂ 'ਚੋਂ, ਅਤੇ ਕਿਹੜਾ ਗੀਤ ਤੁਸੀਂ ਮਤਲਬ ਰੂਟੀਨ ਦੇ ਵਿੱਚ, ਜਾਂ ਤੁਹਾਨੂੰ ਮੂਡ ਹੀ ਹੁੰਦੇ ਹੋ, ਸੈਡ ਹੁੰਦੇ ਹੋ ਜਾਂ ਖੁਸ਼ੀ ਦਾ ਮਾਹੌਲ ਹੁੰਦਾ, ਤਾਂ ਤੁਹਾਨੂੰ ਲੱਗਦਾ ਕਿ ਇਹੋ ਇੱਕ ਦੋ ਗੀਤ ਨੇ ਜਿਹੜੇ ਤੁਹਾਡੇ ਜ਼ਹਿਨ ਦੇ ਵਿੱਚ ਵਸੇ ਹੋਏ ਨੇ? ਮੇਰੇ ਕੋਲ ਪੁਰਾਣੀਆਂ ਆਵਾਜ਼ਾਂ ਲਗਭਗ ਸਾਰੀਆਂ ਹੀ ਮੇਰੇ ਜਿਹੜਾ ਮਿਊਜ਼ੀਅਮ ਦਾ ਹਿੱਸਾ ਨੇ, ਜਿਨ੍ਹਾਂ ਵਿੱਚ ਕੁਲਦੀਪ ਮਾਣਕ ਜੀ ਦੇ ਰਿਕਾਰਡ ਮੇਰੇ ਕੋਲ ਕਾਫੀ ਨੇ, ਮੁਹੰਮਦ ਸਦੀਕ ਜੀ, ਆਸਾ ਸਿੰਘ ਮਸਤਾਨਾ, ਕਰਮਜੀਤ ਧੂਰੀ ਦੀ ਆਵਾਜ਼ ਵਿੱਚ, ਔਰ ਬਹੁਤ ਸਾਰੇ ਹੋਰ ਅਨੇਕ ਗਾਇਕਾਂ ਦੀ ਆਵਾਜ਼ ਮੇਰੇ ਕੋਲ ਮੌਜੂਦ ਆ। ਮੇਰੇ ਕੋਲ ਇੱਕ ਜਿਹੜਾ ਰਿਕਾਰਡ ਆ ਜਿਹਦੀ ਕੀਮਤ ਉਸ ਵਕਤ 20 ਜਾਂ 30 ਰੁਪਏ ਹੋਵੇਗੀ, ਉਹ ਮੈਨੂੰ 3000 ਰੁਪਏ ਦੇ ਵਿੱਚ ਰਿਕਾਰਡ ਮਿਲਿਆ ਸੀਗਾ, ਇੱਕ ਰਿਕਾਰਡ। ਜਿਹੜਾ ਗੀਤ ਸੀ ਉਹਦੇ ਵਿੱਚ ਉਹ ਸੀਗਾ, ਚੱਲ ਚੱਲੀਏ ਫਿਰੋਜ਼ਪੁਰ ਜੀਰੇ ਬੱਸ ਚੱਲੀ ਮਿੱਤਰਾਂ ਦੀ, ਉਹ ਮੇਰੇ ਕੋਲ ਮੌਜੂਦ ਆ। ਮੇਰੇ ਲਈ ਉਹ ਬਹੁਤ ਅਨਮੋਲ ਗਹਿਣਾ ਵਾ ਮੇਰੀ ਇਸ ਕਲੈਕਸ਼ਨ ਦਾ, ਉਹ ਮੈਂ ਤੁਹਾਨੂੰ ਅੱਜ ਜ਼ਰੂਰ ਸੁਣਾਵਾਂਗਾ ਰਿਕਾਰਡ ਪਲੇਅਰ 'ਤੇ। ਮਤਲਬ ਉਹ ਇਸ ਕਰਕੇ ਸੀਗਾ ਕਿ ਤੁਸੀਂ ਆਪ ਜੀਰੇ ਦੇ ਸੀਗੇ, ਜਾਂ ਮਤਲਬ ਤੁਹਾਡੀ ਪਿਛੋਕੜ ਨਾਲ ਜੁੜਿਆ ਹੋਇਆ ਸੀਗਾ? ਨਹੀਂ ਬਿਲਕੁਲ, ਮੈਂ ਜੀਰੇ ਦਾ, ਹੁਣ ਤਾਂ ਮੈਨੂੰ ਮਾਣ ਆ ਕਿ ਮੇਰੇ ਸ਼ਹਿਰ ਦੇ ਉੱਪਰ ਵੀ ਕਿਸੇ ਨੇ ਕੋਈ ਗੀਤ ਲਿਖਿਆ ਸੀ, ਅਤੇ ਉਹ ਗੀਤ ਲੋਕਾਂ ਦੇ ਵਿਆਹਾਂ ਸ਼ਾਦੀਆਂ ਦਾ ਸ਼ਿੰਗਾਰ ਬਣਿਆ, ਉਹ ਗੀਤ ਮੇਰੇ ਕੋਲ ਮੌਜੂਦ ਆ, ਮੈਂ ਤੁਹਾਨੂੰ ਜ਼ਰੂਰ ਅੱਜ ਸੁਣਾਊਂਗਾ ਜੀ। ਮਤਲਬ ਰਿਕਾਰਡ ਚਲਾ ਕੇ ਸੁਣਾਓਗੇ? ਮੈਨੂੰ ਲੱਗਾ ਸ਼ਾਇਦ ਵੈਸੇ ਗੁਣਗੁਣਾਓਗੇ। ਨਹੀਂ, ਰਿਕਾਰਡ ਦੇ ਉੱਪਰ ਤੁਹਾਨੂੰ ਸੁਣਾਊਂਗਾ। ਚਲੋ ਸਾਡੇ ਦਰਸ਼ਕਾਂ ਨੂੰ ਦੱਸ ਦਈਏ ਕਿ ਗੀਤ ਤੁਹਾਨੂੰ ਨਾਲ ਦੀ ਨਾਲ ਸੁਣਾਉਂਦੇ ਰਵਾਂਗੇ, ਪਰ ਪ੍ਰੋਗਰਾਮ ਅਨਮੋਲ ਖਜ਼ਾਨਾ ਜਾਰੀ ਹੈ ਔਰ ਅੱਗੇ ਵੱਧਦੇ ਹਾਂ। ਬਹੁਤ ਸਾਰਾ ਸਮਾਨ, ਪਿੱਤਲ ਦੇ ਭਾਂਡੇ, ਖੂਹ ਦੀਆਂ ਟਿੰਡਾਂ, ਅਤੇ ਉੱਧਰਲੀ ਸਾਈਡ 'ਤੇ ਵੀ ਰਿਕਾਰਡਸ ਪਏ ਨੇ, ਔਰ ਬਹੁਤ ਸਾਰੇ ਪ੍ਰਾਈਜ਼, ਇਨਾਮ, ਔਰ ਨਾਲ ਦੀ ਨਾਲ ਕੈਮਰਿਆਂ ਦੀ ਵੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਪੁਰਾਣੇ ਸਮੇਂ ਦੇ ਕੈਮਰੇ, ਮਤਲਬ ਹੁਣ ਦੀ ਜੇ ਗੱਲ ਕਰੀਏ ਨਾ, ਅਤੇ ਹੁਣ ਦੇ ਵਿੱਚ ਵਿਆਹ ਸ਼ਾਦੀਆਂ 'ਚ ਜਿਹੜੇ ਫੋਟੋਗ੍ਰਾਫਰਸ ਹੁੰਦੇ ਨੇ, ਵੀਡੀਓਗ੍ਰਾਫਰ ਹੁੰਦੇ ਨੇ, ਉਹਨਾਂ ਨੂੰ ਵੀ ਆਉਣ ਵਾਲੇ ਸਮੇਂ 'ਚ ਨਾ ਲੋਕਾਂ ਨੇ ਭੁੱਲ ਜਾਣਾ, ਕਿਉਂਕਿ ਇਲੈਕਟ੍ਰੋਨਿਕ ਮੀਡੀਆ ਇੰਨਾ ਜ਼ਿਆਦਾ ਐਡਵਾਂਸ ਹੋ ਗਿਆ ਕਿ ਕੈਮਰੇ ਵੱਲ, ਫੋਟੋਗ੍ਰਾਫਰ ਵੱਲ, ਵੀਡੀਓਗ੍ਰਾਫਰ ਵੱਲ ਕੋਈ ਧਿਆਨ ਨਹੀਂ ਦਿੰਦਾ। ਸਾਰਿਆਂ ਨੇ ਆਪਣੀ ਆਪਣੀ ਸੈਲਫੀ ਲੈਣੀਆਂ ਹੁੰਦੀਆਂ ਅਤੇ ਆਪਣੀ ਆਪਣੀ ਰਿਕਾਰਡਿੰਗ ਕਰਨੀ ਹੁੰਦੀ, ਪਰ ਫਿਰ ਵੀ ਅਨਮੋਲ ਖਜ਼ਾਨਾ ਦੇ ਵਿੱਚ ਨਵਦੀਪ ਸਿੰਘ ਨੇ ਪੁਰਾਣੇ ਸਮੇਂ ਦੇ, ਜਦੋਂ ਤੋਂ ਕੈਮਰਾ ਸਟਾਰਟ ਹੋਇਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਦੀ, ਆਈ ਥਿੰਕ ਸਾਰੀ ਡਿਫਰੈਂਟ ਡਿਫਰੈਂਟ ਕਲੈਕਸ਼ਨਸ ਇਹਨਾਂ ਦੇ ਕੋਲ ਹੈ, ਔਰ ਗੱਲ ਕਰਦੇ ਹਾਂ ਨਵਦੀਪ ਕੈਮਰਿਆਂ ਦੇ ਬਾਰੇ, ਉਹਨਾਂ ਦੀ ਗਿਣਤੀ ਕਿੱਦਾਂ, ਕਿਹੜਾ ਕੈਮਰਾ, ਕੀ ਨਾਮ ਹੈ ਉਹਦਾ, ਔਰ ਕੀ ਕੰਸੈਪਟ ਹੈ ਉਹਦਾ? ਜਿਹੜਾ ਕੈਮਰਾ ਤੁਸੀਂ ਦੇਖ ਰਹੇ ਹੋ ਉਹਨੂੰ ਜ਼ਿਆਦਾਤਰ ਅਦਾਲਤੀ ਕੈਮਰੇ ਦਾ ਨਾਮ ਦਿੱਤਾ ਜਾਂਦਾ ਸੀ ਪੰਜਾਬੀ 'ਚ, ਵੈਸੇ ਇਹਦਾ ਨਾਮ ਕੁਛ ਹੋਰ ਸੀ। ਕੰਪਨੀ ਦਾ ਕੈਮਰਾ ਸੀ, ਜਦੋਂ ਅਦਾਲਤ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੰਮ ਹੁੰਦਾ ਸੀ ਤਾਂ ਇਹ ਫੋਟੋਆਂ ਖਿੱਚਣ ਦੇ ਕੰਮ ਆਉਂਦਾ ਸੀ। ਇਹਦੇ ਵਿੱਚ ਜੇਕਰ ਕਿਸੇ ਵਿਅਕਤੀ ਨੂੰ ਇੱਕ ਫੋਟੋ ਦੀ ਲੋੜ ਹੁੰਦੀ ਸੀ ਤਾਂ ਇੱਕ ਫੋਟੋ ਦੇ ਲਈ ਇੱਕ ਦਬਾ ਦਿੱਤਾ ਜਾਂਦਾ ਸੀ, ਅਗਰ 4 ਬਣਵਾਉਣੀਆਂ ਹੁੰਦੀਆਂ ਸੀ ਤਾਂ 4 ਫੋਟੋਆਂ ਦੇ ਲਈ ਇਸਨੂੰ 4 ਨੰਬਰ 'ਤੇ ਲਿਆ ਕੇ ਫੋਟੋ ਖਿੱਚੀ ਜਾਂਦੀ ਸੀ, ਔਰ ਨਾਲ ਦੀ ਨਾਲ ਹੀ ਇਹਦੀ ਬੈਕ ਸਾਈਡ ਦੇ ਵਿੱਚੋਂ ਜਿਹੜੀ ਆ ਫੋਟੋ ਉਸੇ ਟਾਈਮ ਜਿਹੜੀ ਆ ਉਹ ਬਣਾ ਕੇ ਬਾਹਰ ਕੱਢ ਦਿੱਤੀ ਜਾਂਦੀ ਸੀ, ਔਰ ਇਹ ਕੈਮਰਾ ਜ਼ਿਆਦਾਤਰ ਅਦਾਲਤਾਂ ਵਿੱਚ ਚੱਲਦਾ ਰਿਹਾ। ਮਤਲਬ ਇਹ ਤੁਹਾਨੂੰ ਕਿੰਨੇ ਸਾਲ ਹੋ ਗਏ ਇਹਨੂੰ ਮਿਲੇ ਨੂੰ, ਜਾਂ ਕਿੱਥੋਂ ਮਿਲਿਆ ਹੈ? ਇਹ ਮੈਨੂੰ ਲਗਭਗ 7-8 ਸਾਲ ਪਹਿਲਾਂ ਅਦਾਲਤ ਵਿੱਚ ਕਿਸੇ ਵਿਅਕਤੀ, ਸਾਡੇ ਜੀਰੇ ਦੇ ਦੁਕਾਨ ਹੁੰਦੀ ਸੀਗੀ, ਔਰ ਉਸ ਵਿਅਕਤੀ ਨੂੰ ਜਦੋਂ ਮੇਰੇ ਬਾਰੇ ਪਤਾ ਲੱਗਿਆ ਕਿ ਇਸ ਵਿਅਕਤੀ ਨੂੰ ਸ਼ੌਂਕ ਆ ਪੁਰਾਣੀਆਂ ਚੀਜ਼ਾਂ ਇਕੱਠੀਆਂ ਕਰਨ ਦਾ, ਤਾਂ ਉਹਨੇ ਮੈਨੂੰ ਇਹ ਗਿਫਟ ਦੇ ਤੌਰ 'ਤੇ ਤੋਹਫ਼ਾ ਦੇ ਦਿੱਤਾ। ਜਿਹੜਾ ਕੈਮਰੇ ਉਸ ਤੋਂ ਬਾਅਦ ਪਏ ਆ, ਇਹ ਵੀ ਫੋਟੋਆਂ ਉਸੇ ਟਾਈਮ ਫੋਟੋ ਖਿੱਚ ਕੇ ਨਾਲ ਦੀ ਨਾਲ ਫੋਟੋ ਬਾਹਰ ਆ ਜਾਂਦੀ ਸੀ। ਇਹ ਕੋਡੈਕ ਕੰਪਨੀ ਦੇ ਪੁਰਾਣੇ ਕੈਮਰੇ ਆ। ਇਹ ਵਾਲਾ ਜਿਹੜਾ ਕੈਮਰਾ ਹੈਗਾ ਜੀ, ਇਹ ਮੈਨੂੰ ਅੰਮ੍ਰਿਤਸਰ ਤੋਂ ਮਿਲਿਆ ਸੀਗਾ, ਲਗਭਗ 70-80 ਸਾਲ ਪੁਰਾਣਾ ਇਹ ਕੈਮਰਾ ਵਾ। ਇਹਦੇ ਵਿਚਕਾਰ ਸਾਰਾ ਕਮੜੇ ਜਿਹੜਾ ਹੈਗਾ ਵਾ ਉਹ ਚਮੜਾ ਲੱਗਾ ਹੋਇਆ ਵਾ, ਔਰ ਇਹ ਲੈਦਰ ਦਾ ਕੈਮਰਾ ਹੈਗਾ ਵਾ, ਇਹ ਬਹੁਤ ਪੁਰਾਣਾ ਵਾ। ਹਾਂਜੀ, ਫੋਟੋ ਕਲਿੱਕ ਕਰਨ ਦਾ ਪ੍ਰੋਸੀਜਰ ਇਹੀ ਸੀ, ਔਰ ਇਹਦੀ ਵੀ ਨਾਲ ਦੀ ਨਾਲ ਹੀ ਉਦੋਂ ਫੋਟੋ ਤਿਆਰ ਹੋ ਜਾਂਦੀ ਸੀ। ਜਿਹੜੀ ਫੋਟੋ ਆ ਰੰਗੀਨ ਨਹੀਂ, ਬਲੈਕ ਐਂਡ ਵਾਈਟ ਤਿਆਰ ਹੁੰਦੀ ਸੀ, ਔਰ ਇਹਦਾ ਜਿਹੜਾ ਨੈਗੇਟਿਵ ਸੀਗਾ ਕਾਫੀ ਵੱਡੇ ਸਾਈਜ਼ ਦਾ ਹੁੰਦਾ ਸੀਗਾ ਜੀ। ਬਿਲਕੁਲ ਜੀ, ਬਿਲਕੁਲ। ਇਹ ਜਿਹੜੇ ਕੈਮਰੇ ਆ ਇਹ ਵੀ ਉਹਦੇ ਨਾਲ ਦੇ ਮਾਡਲ ਨੇ ਜੀ। ਇਹਦੇ ਵਿੱਚ ਟੰਗ ਇਹ ਹੁੰਦਾ ਸੀਗਾ ਜੀ, ਉੱਪਰੋਂ ਦੇਖ ਕੇ ਤੁਸੀਂ ਸਾਹਮਣੇ ਬੰਦੇ ਨੂੰ, ਬੰਦਾ ਖੜਾ ਰਹਿੰਦਾ ਸੀ, ਕੈਮਰਾਮੈਨ ਆਪ ਹਿੱਲ ਜੁੱਲ ਕੇ ਇਹਨੂੰ ਆਪਦੀ ਜਿਹੜੀ ਪ੍ਰੋਪਰ ਜਗ੍ਹਾ ਹੈਗੀ ਉੱਥੇ ਲੈ ਕੇ ਇਹਦੇ 'ਤੇ ਫੋਟੋ ਖਿੱਚਦਾ ਸੀਗਾ। ਹਾਂਜੀ, ਲਗਭਗ ਸਾਰੇ ਚੱਲਦੇ ਨੇ। ਹਾਂਜੀ, ਬਿਲਕੁਲ ਜੀ। ਕਦੇ ਆਪਣੇ ਪਰਿਵਾਰ ਦੀਆਂ ਫੋਟੋਆਂ ਖਿੱਚੀਆਂ ਨੇ? ਇੱਕ ਦੋ ਵਾਰ ਖਿੱਚੀਆਂ, ਹੁਣ ਨਹੀਂ ਖਿੱਚੀਆਂ, ਕਿਉਂਕਿ ਜਿਹੜੇ ਇਹਦੇ ਨੈਗੇਟਿਵ ਹੈਗੇ ਨੇ ਉਹ ਮਿਲਣੇ ਬੰਦ ਹੋ ਗਏ ਨੇ। ਅਗਰ ਮੈਨੂੰ ਕਿਤੋਂ ਨੈਗੇਟਿਵ ਇਹਨਾਂ ਦੇ ਮਿਲ ਜਾਣਗੇ ਤਾਂ ਮੈਂ ਜ਼ਰੂਰ ਆਪਣੇ ਪਰਿਵਾਰ ਦੀ ਔਰ ਆਪਣੇ ਦੋਸਤਾਂ ਮਿੱਤਰਾਂ ਦੀ ਇਹਦੇ ਨਾਲ ਫੋਟੋਆਂ ਕਰਾਂਗਾ।
ਇੰਨੇ ਸਾਰੇ ਕੈਮਰੇ ਇਹਨਾਂ ਨੂੰ ਲੈਣ ਵਾਸਤੇ ਕਾਫੀ ਪੈਸੇ ਖਰਚਣੇ ਪਏ ਹੋਣਗੇ ਪਹਿਲੇ ਤਾਂ ਲੱਭਣ ਲਈ, ਕਿਉਂਕਿ ਡਿਜ਼ਾਈਨ ਵੱਖਰੇ ਵੱਖਰੇ ਨੇ, ਮਾਡਲ ਵੱਖਰੇ ਵੱਖਰੇ ਨੇ, ਔਰ ਆਈ ਥਿੰਕ ਸਾਲ ਬਾਏ ਸਾਲ 5-5 10-10 ਸਾਲ ਦਾ ਤਾਂ ਆਪਸ ਦੇ ਵਿੱਚ ਇਹਨਾਂ ਦਾ ਗੈਪ ਹੋਊਗਾ। ਹਾਂਜੀ ਬਿਲਕੁਲ, ਹਾਂਜੀ ਹਾਂਜੀ ਬਿਲਕੁਲ, ਮੈਂ ਲਗਭਗ 10-15 ਸਾਲਾਂ ਦੇ ਵਿੱਚ ਜਿਹੜੇ ਇੰਨੇ ਕੈਮਰੇ ਦੇਖਣ ਨੂੰ ਥੋੜ੍ਹੇ ਨੇ ਪਰ ਮਿਹਨਤ ਬਹੁਤ ਲੱਗੀ ਆ। ਕੋਈ ਪੰਜਾਬ ਦੇ ਕਿਸੇ ਕੋਨੇ ਤੋਂ ਲੱਭਿਆ, ਕੋਈ ਹਿਮਾਚਲ 'ਚੋਂ ਮਿਲਿਆ, ਕੋਈ ਇੰਦੌਰ ਤੋਂ, ਕੋਈ ਗੰਗਾਨਗਰ ਤੋਂ, ਕੋਈ ਕਿਤੋਂ ਮਿਲਿਆ। ਇਹਨੂੰ ਲੱਭਣ 'ਤੇ ਬਹੁਤ ਜ਼ਿਆਦਾ ਟਾਈਮ ਲੱਗਾ। ਔਰ ਅਗਰ ਜੇਕਰ ਤੁਸੀਂ ਇਹਦੇ ਪੈਸਿਆਂ ਦੀ ਗੱਲ ਕਰਦੇ ਆ, ਅਗਰ ਸ਼ੌਂਕ ਹੈ ਤਾਂ ਪੈਸਿਆਂ ਵੱਲ ਨਹੀਂ ਦੇਖਿਆ ਜਾਂਦਾ, ਕਿਉਂਕਿ ਜਿਹੜਾ ਮੇਰਾ ਵਕਾਲਤ ਦਾ ਕਿੱਤਾ, ਮੈਂ ਉਹਦੇ ਵਿੱਚੋਂ ਜਿੰਨੀ ਮੇਰੀ ਕਮਾਈ ਹੁੰਦੀ ਹੈ ਉਹਦਾ ਕੁਝ ਹਿੱਸਾ ਮੈਂ ਆਪਦੀ ਇਸ ਜਿਹੜੀ ਵਿਰਾਸਤੀ ਆ ਜੋ ਮੈਂ ਆਪਦੀ ਸਾਂਭ ਸੰਭਾਲ ਕਰ ਰਿਹਾ ਵਾਂ, ਉਹਦੇ ਲਈ ਮੈਂ ਕੱਢਦਾ, ਹਰ ਵੇਲੇ ਕੱਢਦਾ ਵਾਂ, ਕੱਢਦਾ ਰਹੂੰਗਾ। ਅਤੇ ਨਵਦੀਪ ਜੀ, ਅੱਗੇ ਵੱਧਦੇ ਹਾਂ, ਰਿਕਾਰਡਸ ਬਹੁਤ ਸਾਰੇ ਪਏ ਨੇ ਇੱਥੇ, ਆਪਾਂ ਚਲਾ ਕੇ ਜ਼ਰੂਰ ਦਿਖਾਵਾਂਗੇ, ਪਰ ਕੈਮਰਾ ਸਾਡਾ ਥੋੜ੍ਹਾ ਜਿਹਾ ਇੱਧਰ ਨਿਗਾਹ ਮਾਰ ਲਵੇ। ਇਹਨਾਂ ਵਾਲੀ ਸਾਈਡ ਕੁਛ ਪੁਰਾਣੇ ਭਾਂਡੇ ਪਏ ਹੋਏ ਨੇ, ਆਪਾਂ ਉਹਨਾਂ ਬਾਰੇ ਵੀ ਜ਼ਰੂਰ ਚਰਚਾ ਕਰਾਂਗੇ ਕਿ ਇਹ ਕਿੰਨੇ ਸਾਲ ਪੁਰਾਣੇ ਨੇ, ਕਿੱਥੋਂ ਮਿਲੇ ਨੇ, ਔਰ ਕਿੱਦਾਂ ਕੀ ਕਿਹੜੇ ਕਿਹੜੇ ਯੂਜ਼ ਦੇ ਵਿੱਚ ਆਉਂਦੇ ਨੇ। ਇਸ ਤੋਂ ਅੱਗੇ ਇਹ ਜਿਹੜਾ ਇਹ ਪੁਰਾਤਨ ਪਿੱਤਲ ਦਾ ਸਟੋਵ ਆ ਜੀ, ਇਹ ਲਾਟ ਨਾਲ ਬਲਦਾ ਸੀ, ਇਹਦੇ ਸਾਈਡ 'ਤੇ ਬਰਨਰ ਬਣਿਆ ਹੋਇਆ ਜੀ, ਮਿੱਟੀ ਦੇ ਤੇਲ ਨਾਲ ਚੱਲਣ ਵਾਲਾ ਪੁਰਾਣਾ ਸਟੋਵ ਹੈਗਾ ਜੀ। ਇੱਕ ਵਾਰ ਇਹਨੂੰ ਥੋੜ੍ਹਾ ਜਿਹਾ ਤੇਲ ਪਾ ਕੇ ਇਹ 'ਤੇ ਘੰਟਿਆਂ ਬੱਧੀ ਜਿਹੜਾ ਸਮਾਨ ਤਿਆਰ ਹੋ ਜਾਂਦਾ ਸੀ, ਔਰ ਇਹਦੇ ਉੱਪਰ ਬਣੇ ਸਮਾਨ ਦਾ ਇੱਕ ਵੱਖਰਾ ਆਪਦਾ ਹੀ ਜਿਹੜਾ ਸਵਾਦ ਹੁੰਦਾ ਸੀ, ਪਰ ਸਮੇਂ ਦੀ ਹੌਲੀ ਹੌਲੀ ਪੱਕਦੀ ਸੀ। ਬਿਲਕੁਲ ਜੀ ਬਿਲਕੁਲ, ਚੀਜ਼ ਹੌਲੀ ਪੱਕਦੀ ਸੀ। ਕਦੀ ਟਰਾਈ ਕੀਤਾ ਇਹਨੂੰ? ਨਹੀਂ, ਹੁਣ ਨਹੀਂ, ਵਰਤੋਂ ਵਿੱਚ ਨਹੀਂ ਲਿਆਂਦਾ ਕਦੀ। ਉਸ ਤੋਂ ਅੱਗੇ ਇਹ ਜਿਹੜਾ ਦੇਖ ਰਹੇ ਹੋ ਤੁਸੀਂ, ਇਹਨੂੰ ਨਲਕਾ ਕਹਿੰਦੇ ਆ, ਔਰ ਇਹਦਾ ਨਾਮ ਥੋੜ੍ਹਾ ਜਿਹਾ ਹੋਰ ਤਰ੍ਹਾਂ ਦਾ, ਇਹਨੂੰ ਕੁੱਤੇ ਨਲਕੇ ਦੇ ਨਾਮ ਨਾਲ ਮੈਂ ਕਹਿਣ ਲੱਗੀ ਸੀ, ਮੈਂ ਸੋਚਿਆ ਨਵਦੀਪ ਆਪੇ ਬੋਲੂਗੇ। ਇਹਨੂੰ ਕੁੱਤਾ ਨਲਕਾ ਕਿਹਾ ਜਾਂਦਾ ਸੀ ਕਿਉਂਕਿ ਇਹਨੂੰ ਚਲਾਉਣ ਦੇ ਲਈ ਬਿਲਕੁਲ ਨੀਵਾਂ ਹੋ ਕੇ ਇਸ ਤਰ੍ਹਾਂ ਗੇੜਿਆ ਜਾਂਦਾ ਸੀ। ਇਹ ਨਲਕੇ ਅੱਜ ਵੀ ਕਈ ਥਾਵਾਂ 'ਤੇ ਤੁਹਾਨੂੰ ਮਿਲਣਗੇ, ਪਰ ਇਹਨਾਂ ਦੀ ਹਾਲਾਤ ਸਮੇਂ ਦੇ ਨਾਲ ਬਦਲ ਕੇ ਲੋਕ ਇਹਨਾਂ ਦੀ ਵਰਤੋਂ ਨਹੀਂ ਕਰਦੇ, ਇਹਨਾਂ ਦੀ ਜਗ੍ਹਾ ਟੈਂਕੀਆਂ ਨੇ ਲੈ ਲਈ, ਟੂਟੀਆਂ ਨੇ ਲੈ ਲਈ, ਲੋਕਾਂ ਕੋਲ ਸਮਾਂ ਨਹੀਂ ਹੈਗਾ ਕਿ ਇਕੱਠੇ ਬਹਿ ਕੇ ਆਪਾਂ ਕਿਤੇ ਗੱਲਾਂ ਬਾਤਾਂ ਕਰੀਏ, ਨਲਕੇ ਦੀ ਵਰਤੋਂ ਕਰੀਏ। ਹੁਣ ਇਹਨਾਂ ਦੀ ਵਰਤੋਂ ਘੱਟ ਗਈ ਆ, ਇਹ ਸਿਰਫ ਪ੍ਰਦਰਸ਼ਨੀਆਂ ਦਾ ਸਥਾਨ ਲੈ ਕੇ ਰਹਿ ਗਏ ਨੇ ਜਾਂ ਸ਼ੌਂਕ ਵਾਸਤੇ ਲੋਕ ਲਾਉਂਦੇ ਨੇ। ਔਰ ਇੱਕ ਖਾਸੀਅਤ ਹੈ ਇਸ ਨਲਕੇ ਦੀ ਕਿ ਜਿੱਥੇ ਨਲਕਾ ਲੱਗਾ ਹੁੰਦਾ ਸੀ ਜਦੋਂ ਉਹਨੂੰ ਗੇੜਦੇ ਸੀ ਤਾਂ ਪਾਣੀ ਬੜਾ ਠੰਡਾ ਆਉਂਦਾ ਹੁੰਦਾ ਸੀ ਇਹਦੇ 'ਚੋਂ। ਔਰ ਹੋਰ ਬਹੁਤ ਸਾਰੀਆਂ ਗੱਲਾਂ ਪ੍ਰੋਗਰਾਮ ਅਨਮੋਲ ਖਜ਼ਾਨਾ ਦੇ ਵਿੱਚ, ਪਰ ਹੁਣ ਇੱਕ ਛੋਟਾ ਜਿਹਾ ਬ੍ਰੇਕ ਬਣਦਾ ਹੈ ਕਿਉਂਕਿ ਗਰਮੀ ਬਹੁਤ ਹੈ ਅਤੇ ਪਾਣੀ ਪੀਣਾ ਜ਼ਰੂਰੀ ਹੈ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। 106 ਦੇਸ਼ਾਂ ਵਿੱਚ ਦੇਖੇ ਜਾ ਰਹੇ ਅਕਾਲ ਚੈਨਲ ਦੇ ਕੋਲ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਲਾਈਵ ਜਾਂ ਡੀ ਲਾਈਵ ਕਰਨ ਦੀ ਪੂਰੀ ਟੈਕਨੋਲੋਜੀ ਮੌਜੂਦ ਹੈ। ਤੁਹਾਡਾ ਸਾਰਾ ਪ੍ਰੋਗਰਾਮ ਹਾਈ ਡੈਫੀਨੇਸ਼ਨ ਤੇ ਕਵਰ ਕੀਤਾ ਜਾਵੇਗਾ। ਜੇ ਤੁਸੀਂ ਗੁਰੂ ਮਹਾਰਾਜ ਦੇ ਪੈਗਾਮ ਨੂੰ ਘਰ ਘਰ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਪ੍ਰੋਗਰਾਮ ਰਿਕਾਰਡ ਕਰਵਾਉਣ ਲਈ ਸੰਪਰਕ ਕਰੋ 0770274809 06 ਤੇ। ਛੋਟੇ ਜਿਹੇ ਵਕਫੇ ਤੋਂ ਬਾਅਦ ਫਿਰ ਤੋਂ ਹਾਜ਼ਰ ਹਾਂ ਮੈਂ ਰਣਦੀਪ ਕੌਰ, ਔਰ ਮੇਰੇ ਨਾਲ ਨੇ ਪ੍ਰੋਗਰਾਮ ਅਨਮੋਲ ਖਜ਼ਾਨਾ ਦੇ ਵਿੱਚ ਨਵਦੀਪ ਸਿੰਘ ਜੀ। ਪ੍ਰੋਗਰਾਮ ਅਨਮੋਲ ਖਜ਼ਾਨਾ ਔਰ ਅਨਮੋਲ ਖਜ਼ਾਨਾ ਦੇ ਵਿੱਚ ਖਜ਼ਾਨਾ ਜਿਹੜਾ ਅਸੀਂ ਲੱਭਿਆ ਹੈ, ਮਤਲਬ ਗੈਸਟ ਲੱਭੇ ਨੇ ਨਵਦੀਪ ਸਿੰਘ ਜੀ, ਉਹ ਸਾਨੂੰ ਦੱਸ ਰਹੇ ਨੇ ਕਿੰਨੀ ਮਿਹਨਤ ਲੱਗੀ ਹੈ ਹਰ ਇੱਕ ਚੀਜ਼ ਨੂੰ ਇਕੱਠਿਆਂ ਕਰਨ ਦੇ ਲਈ। ਪੈਸਾ ਇੰਪੋਰਟੈਂਟ ਹੁੰਦਾ ਹੈ, ਪਰ ਜਦੋਂ ਸ਼ੌਂਕ ਬੰਦੇ ਨੂੰ ਚਿਣਗ ਲੱਗ ਜਾਵੇ ਕਿਸੇ ਚੀਜ਼ ਦੀ, ਉਹਨੇ ਕੋਈ ਖਜ਼ਾਨਾ ਲੱਭਣਾ ਹੋਵੇ ਤਾਂ ਫਿਰ ਕਹਿੰਦੇ ਨੇ ਧੰਨੇ ਭਗਤ ਨੇ ਤਾਂ ਪੱਥਰ 'ਚੋਂ ਵੀ ਰੱਬ ਲੱਭ ਲਿਆ ਸੀ, ਇਹ ਤਾਂ ਉਹਦੇ ਮੁਕਾਬਲੇ ਕੁਛ ਨਹੀਂ। ਪਰ ਨਵਦੀਪ ਲਈ ਇਹ ਰੱਬ ਨੂੰ ਪਾਉਣ ਬਰਾਬਰ ਹੀ ਹੈ। ਨਵਦੀਪ, ਹੁਣ ਤੁਸੀਂ ਬਰੀਫ ਦੇ ਵਿੱਚ ਦੱਸਣਾ ਹੈ, ਨਲਕਾ ਦੇਖਣ ਨੂੰ ਲੱਗ ਰਿਹਾ ਔਰ ਨਲਕਾ ਹੀ ਹੈ, ਟੈਪ ਲੱਗੀ ਹੋਈ ਹੈ, ਕਿੰਨੇ ਸਾਲ ਪੁਰਾਣਾ ਹੈ, ਕਿੱਥੋਂ ਲੱਭਿਆ ਹੈ? ਇਹ ਜਿਹੜੀ ਤੁਸੀਂ ਦੇਖ ਰਹੇ ਹੋ ਇਹਨੂੰ ਹਮਾਮ ਦਾ ਨਾਂ ਦਿੱਤਾ ਜਾਂਦਾ ਸੀ। ਇਹਦੇ ਵਿੱਚ ਇਹਨੂੰ ਜ਼ਿਆਦਾਤਰ ਦੁੱਧ ਵਾਲੇ ਭਾਂਡੇ ਦਾ ਨਾਂ ਦਿੱਤਾ ਜਾਂਦਾ ਸੀ। ਇਹਦੇ ਵਿੱਚ ਦੁੱਧ ਪਾ ਦਿੱਤਾ ਜਾਂਦਾ ਸੀ ਔਰ ਵਿਚਕਾਰ ਇਹਦੇ ਕੋਲੇ ਪਾ ਦਿੱਤੇ ਜਾਂਦੇ ਸੀ, ਕਿਉਂਕਿ ਪਹਿਲਾਂ ਜਿਹੜੇ ਪਰਿਵਾਰ ਸੀਗੇ ਇਕੱਠੇ ਰਹਿੰਦੇ ਸੀਗੇ, ਘਰ ਦੇ ਆਪਦੇ ਪਸ਼ੂ ਹੁੰਦੇ ਸੀਗੇ, ਇਹਦੇ ਕੋਲੇ ਦੇ ਨਾਲ ਜਿਹੜਾ ਦੁੱਧ ਗਰਮ ਹੋ ਜਾਂਦਾ, ਪਰਿਵਾਰ ਦੇ ਜਿਸ ਜੀਅ ਨੂੰ ਜਿੰਨੀ ਲੋੜ ਹੁੰਦੀ ਸੀ ਉਹ ਇੱਥੋਂ ਦੁੱਧ ਖੋਲ੍ਹ ਕੇ ਆਪਦਾ ਗਲਾਸ ਭਰ ਕੇ ਦੁੱਧ ਪੀ ਲੈਂਦਾ ਸੀ, ਔਰ ਜਿਹੜੀ ਇਹਦੇ ਵਿੱਚ ਕੋਲੇ ਪਾਏ ਜਾਂਦੇ ਸੀਗੇ ਉਹਦੀ ਜਿਹੜੀ ਸਵਾਹ ਇਹਦੇ ਬੇਸ ਵਿੱਚ ਆ ਜਾਂਦੀ ਸੀ। ਉਸ ਤੋਂ ਬਾਅਦ ਜਦੋਂ ਇਹ ਭਾਂਡਾ ਠੰਡਾ ਹੋ ਜਾਂਦਾ ਸੀ ਇਹਨੂੰ ਚੱਕ ਕੇ ਜਿਹੜੀ ਸਵਾਹ ਵਾ ਉਹਨੂੰ ਭਾਂਡੇ ਮਾਂਜਣ ਜਾਂ ਘਰ ਦੇ ਹੋਰ ਕੰਮਾਂ ਦੇ ਲਈ ਵਰਤ ਲਈ ਜਾਂਦੀ ਸੀ। ਅਤੇ ਕੀ ਨਵਦੀਪ, ਇਹ ਜ਼ਰੂਰੀ ਹੈ ਕਿ ਜਿਹੜਾ ਆਲਾ ਦੁਆਲਾ ਮਤਲਬ ਵਿਚਲਾ ਜਿਹੜਾ ਸੈਂਟਰ ਪੁਆਇੰਟ ਇਹਦਾ ਬਣਿਆ ਉਹਦੇ ਵਿੱਚ ਦੁੱਧ ਹੀ ਰੱਖਿਆ ਜਾਂਦਾ ਸੀ, ਉਹਦੇ ਵਿੱਚ ਪਾਣੀ ਵੀ ਰੱਖਿਆ ਜਾ ਸਕਦਾ ਸੀ, ਆਲੇ ਦੁਆਲੇ ਕੋਲਿਆਂ ਦੀ ਜਗ੍ਹਾ ਬਰਫ਼ ਵੀ ਰੱਖੀ ਜਾ ਸਕਦੀ ਕਿਉਂਕਿ ਗਰਮੀ ਦੇ ਵਿੱਚ ਵੀ ਇਹਦੀ ਵਰਤੋਂ ਹੋ ਜਾਵੇ,
ਇਦਾਂ ਦਾ ਵੀ ਸੀ ਜਾਂ ਸਿਰਫ ਦੁੱਧ ਵਾਸਤੇ ਹੀ ਸੀਗਾ? ਇਸ ਨੂੰ ਦੁੱਧ ਦੇ ਭਾਂਡੇ ਦੇ ਤੌਰ ਤੇ ਹਮਾਮ ਇਹਦਾ ਨਾਂ ਲਿਆ ਜਾਂਦਾ ਸੀ ਔਰ ਇਹਨੂੰ ਦੁੱਧ ਦੇ ਬਰਤਨ ਦੇ ਰੂਪ ਵਿੱਚ ਜ਼ਿਆਦਾ ਵਰਤਿਆ ਜਾਂਦਾ ਸੀ। ਕਾਂਸੇ ਦਾ ਬਣਿਆ ਹੋਇਆ, ਇਹਦੇ ਵਿੱਚ ਜ਼ਿਆਦਾਤਰ ਪਹਿਲਾਂ ਚੌਲ ਰੱਖੇ ਜਾਂਦੇ ਸੀ, ਚੌਲਾਂ ਨੂੰ ਸਾਫ਼ ਕਰਨ ਲਈ ਚੌਲ ਪਾ ਦਿੱਤੇ ਜਾਂਦੇ ਸੀ ਔਰ ਉਹਨਾਂ ਨੂੰ ਹਿਲਾਇਆ ਜਾਂਦਾ ਸੀ। ਜਿਹੜਾ ਉਹਦੇ ਵਿੱਚ ਫਾਲਤੂ ਸਮਾਨ ਹੁੰਦਾ ਸੀ, ਇਹਦੇ ਵਿੱਚ ਬਿਲਕੁਲ ਬਰੀਕ ਬਰੀਕ ਸੁਰਾਖ ਹੈਗੇ ਨੇ ਔਰ ਉਹ ਸੁਰਾਖ ਰਾਹੀਂ ਜਿਹੜਾ ਉਹ ਬਾਹਰ ਆ ਜਾਂਦਾ ਸੀਗਾ। ਅੱਜ ਵੀ ਇਹਨਾਂ ਨੂੰ ਇਸ ਦੀ ਵਰਤੋਂ ਲਈ ਵਰਤ ਸਕਦੇ ਹਾਂ, ਪਰ ਇਹ ਚੀਜ਼ ਬਹੁਤ ਘੱਟ ਲੱਭਦੀ ਆ। ਜੇ ਕਿਸੇ ਕੋਲ ਹੈਗੀ ਹੈ ਤਾਂ ਉਹ ਇਹਦੀ ਵਰਤੋਂ ਨਹੀਂ ਕਰਦਾ, ਕਿਉਂਕਿ ਜਿਹੜੇ ਅੱਜ ਬਨੌਟੀ ਭਾਂਡੇ ਜਿਹੜੇ ਸਟੀਲ ਦੇ ਚੱਲ ਰਹੇ ਨੇ, ਲੋਕਾਂ ਨੇ ਇਹਦੀ ਵਰਤੋਂ ਕਰਨੀ ਬੰਦ ਕਰ ਦਿੱਤੀ। ਜਾਣ ਨਾਲੋਂ ਪਿਆਰੀ ਰਿਹਾ ਤੁਹਾਨੂੰ ਇਹ ਸਾਰੀ ਵਿਰਾਸਤ ਅਤੇ ਸਾਰੀ ਕੁਲੈਕਸ਼ਨ। ਕੁਝ ਅਜਿਹੀਆਂ ਚੀਜ਼ਾਂ ਇੱਥੇ ਪਈਆਂ ਨੇ ਜਿਹੜੀਆਂ ਕਿ ਥੋੜ੍ਹੀਆਂ ਜਿਹੀ ਖਸਤਾ ਹਾਲਤ 'ਚ ਨੇ, ਜਿਨ੍ਹਾਂ ਦੀ ਸ਼ੇਪ ਦਾ ਵੀ ਨਹੀਂ ਜਜਮੈਂਟ ਹੋ ਸਕਦੀ, ਇਹ ਕਿਸ ਪਰਪਜ਼ ਲਈ ਨੇ? ਇਹ ਜਿਹੜੇ ਤੁਸੀਂ ਪੁਰਾਤਨ ਬਰਤਨ ਦੇਖ ਰਹੇ ਹੋ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਇਹ ਜੀਰੇ ਤੋਂ 5 ਕਿਲੋਮੀਟਰ ਦੀ ਦੂਰੀ 'ਤੇ ਇੱਕ ਪਿੰਡ ਹੈਗਾ ਬੋਤੀਆਂ ਵਾਲਾ। ਉੱਥੋਂ ਪਿੰਡ ਦੇ ਵਿੱਚ ਕਿਸੇ ਨੇ ਆਪਣਾ ਜਿਹੜਾ ਖੇਤ ਦੀ ਜਿਹੜੀ ਆ ਮਿੱਟੀ ਕਢਵਾਈ ਸੀ, ਉਹਨਾਂ ਨੇ ਆਪਣੇ ਖੇਤ ਨੂੰ ਨੀਵਾਂ ਔਰ ਪੱਧਰਾ ਕਰਨ ਦੇ ਲਈ ਜਦੋਂ ਉਹਦੇ ਵਿੱਚ JCB ਵਗੈਰਾ ਲਾਈ ਤਾਂ ਉਹਨਾਂ ਨੂੰ ਘੜੇ ਟੁੱਟਣ ਦੀਆਂ ਅਤੇ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਉੱਥੋਂ ਆਵਾਜ਼ਾਂ ਸੁਣੀਆਂ। ਜਦੋਂ ਉਹਨਾਂ ਨੇ ਉੱਥੋਂ JCB ਪਾਸੇ ਕਰਕੇ ਦੇਖਿਆ ਤਾਂ ਉੱਥੋਂ 3-4 ਘੜੇ ਟੁੱਟੇ, ਉਹਦੇ ਵਿੱਚ ਥੋੜ੍ਹੇ ਜਿਹੇ ਸਿੱਕੇ ਸੀ, ਉਹ ਵੀ ਮੈਨੂੰ ਮਿਲੇ। ਔਰ ਇਹ ਛੋਟੇ ਛੋਟੇ ਪੁਰਾਤਨ ਜਿਹੜੇ ਆ ਬਰਤਨ ਕਹਿ ਸਕਦੇ ਹਾਂ ਮੈਨੂੰ ਉੱਥੋਂ ਮਿਲੇ ਆ, ਜਿਹਦੇ ਬਾਰੇ ਵਿੱਚ ਮੈਂ ਕਾਫ਼ੀ ਬੰਦਿਆਂ ਤੋਂ ਪਤਾ ਕਰ ਰਿਹਾ ਵਾਂ। ਪੁਰਾਤਨ ਵਿਭਾਗ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਨਾਲ ਵੀ ਇਹਦਾ ਸੰਪਰਕ ਮੇਰਾ ਜਾਰੀ ਆ ਕਿ ਇਹ ਬਰਤਨ ਕਿਸ ਤਰ੍ਹਾਂ ਦੇ ਨੇ, ਕਿਸ ਚੀਜ਼ ਦੇ ਬਣੇ ਹੋਏ ਨੇ, ਛੋਟੀਆਂ ਕੁੱਜੀਆਂ ਕਹਿ ਸਕਦੇ ਇਹਨਾਂ ਨੂੰ? ਹਾਂ ਬਿਲਕੁਲ, ਆਪਾਂ ਕਹਿ ਸਕਦੇ ਹਾਂ, ਪਰ ਹੈ ਕਿ ਇਸ ਬਾਰੇ ਅਜੇ ਮੈਂ ਅਣਜਾਣ ਆ। ਮੇਰੀ ਕੋਸ਼ਿਸ਼ ਆ ਜਲਦ ਤੋਂ ਜਲਦ ਇਹਨਾਂ ਬਾਰੇ ਪਤਾ ਕਰਨ ਦੀ ਕਿ ਇਹ ਜਿਹੜਾ ਅਨਮੋਲ ਖਜ਼ਾਨਾ ਜ਼ਮੀਨ ਵਿੱਚੋਂ ਨਿਕਲਿਆ, ਦੇਖਣ ਤੋਂ ਲੱਗਦਾ ਹੈ ਕਿ ਕਾਫ਼ੀ ਸਾਲ ਪੁਰਾਣਾ, ਔਰ ਇਹ ਹੈ ਕਿ ਇਹਦੇ ਬਾਰੇ ਮੈਂ ਜਾਣਕਾਰੀ ਪਤਾ ਕਰ ਰਿਹਾ ਹਾਂ। ਔਰ ਮੈਂ ਦੱਸ ਦੇਵਾਂ ਕਿ ਇਹਨਾਂ ਛੋਟੀਆਂ ਛੋਟੀਆਂ ਕੁੱਜੀਆਂ ਦੇ ਵਿੱਚ ਕਈ ਲੋਕ ਬਹੁਤ ਸਾਲ ਪਹਿਲੇ ਕੋਲੇ ਦੇ ਵਿੱਚ ਰੱਖ ਕੇ ਛੋਟੀਆਂ ਛੋਟੀਆਂ ਕੁੱਜੀਆਂ ਦੇ ਵਿੱਚ ਚਾਵਲ ਅਤੇ ਇਹਨਾਂ ਨੂੰ ਭੁੰਨ ਕੇ, ਮਤਲਬ ਚਾਵਲ ਇਹਦੇ ਵਿੱਚ ਭੁੰਨੇ ਜਾਂਦੇ ਸੀ ਔਰ ਭੁੰਨੇ ਹੋਏ ਚਾਵਲ ਖਾਂਦੇ ਸੀ। ਇਹ ਮੈਂ ਸ਼ਾਇਦ ਆਪਣੇ ਸ਼ਾਇਦ ਨਹੀਂ, ਇਹ ਮੈਂ ਬਿਲਕੁਲ ਬਖੂਬੀ ਆਪਣੇ ਅੱਖੀਂ ਵੀ ਦੇਖਿਆ ਹੋਇਆ। ਔਰ ਬਹੁਤ ਛੋਟੇ ਲਫਜ਼ਾਂ ਦੇ ਵਿੱਚ ਨਵਦੀਪ ਦੱਸ ਦੇਣਾ ਕਿ ਇਹ ਛੋਟੀ ਜਿਹੀ ਤਾਕੀ ਹੈ, ਵਿੰਡੋ ਹੈ ਔਰ ਉਹਦੇ ਨਾਲ ਵੀ ਕੁਛ ਪਿਆ ਹੋਇਆ। ਇਹ ਜਿਹੜੀ ਤੁਸੀਂ ਤਾਕੀ ਦੇਖ ਰਹੇ ਹੋ, ਉਹ ਪਹਿਲਾਂ ਪਿੰਡਾਂ ਵਿੱਚ ਘਰਾਂ ਦੇ ਵਿੱਚ ਕੰਧਾਂ ਦੇ ਵਿੱਚ ਛੋਟੇ ਛੋਟੇ ਲਾ ਕੇ, ਜਿਨ੍ਹਾਂ ਵਿੱਚ ਮੱਖਣ ਜਾਂ ਕੋਈ ਹੋਰ ਘਿਓ ਵਗੈਰਾ ਰੱਖਿਆ ਜਾਂਦਾ ਸੀ ਔਰ ਉਹ ਕੱਚੀਆਂ ਕੰਧਾਂ ਦੇ ਵਿੱਚ ਇਹ ਲਾਏ ਜਾਂਦੇ ਸੀ ਤਾਂ ਕਿ ਉੱਥੇ ਜਿਹੜੀ ਚੀਜ਼ ਰੱਖੀ ਉਹ ਠੰਡੀ ਰਹੇ ਔਰ ਖਰਾਬ ਨਾ ਹੋਵੇ। ਇਹ ਉਹ ਬਾਰੀਆਂ ਉਹਨੂੰ ਆਲਾ ਕਹਿੰਦੇ, ਆਲੇ ਦੇ ਵਿੱਚੋਂ ਜਿਹੜੀਆਂ ਇਹ ਲੋਕਾਂ ਨੇ ਉਹ ਜਿਹੜੀਆਂ ਕੰਧਾਂ ਹੈਗੀਆਂ ਪੱਕੀਆਂ ਕਰ ਲਈਆਂ, ਲਾ ਕੇ ਸੁੱਟ ਦਿੱਤੀਆਂ। ਮੈਨੂੰ ਕਿਸੇ ਨਾ ਕਿਸੇ ਲੱਕੜ ਵਾਲੇ ਤੋਂ ਜਾਂ ਕਬਾੜੀਏ ਤੋਂ ਕਿਤੋਂ ਨਾ ਕਿਤੋਂ ਪਈਆਂ ਮਿਲ ਗਈਆਂ, ਜੋ ਕਿ ਮੇਰੇ ਘਰ ਦਾ ਸ਼ਿੰਗਾਰ ਬਣੀਆਂ ਨੇ। ਔਰ ਜਿਹੜਾ ਇਹ ਬਰਤਨ ਤੁਸੀਂ ਦੇਖ ਰਹੇ ਹੋ, ਇਹਦੇ ਵਿੱਚ ਪਹਿਲਾਂ ਦਹੀਂ ਜਮਾਇਆ ਜਾਂਦਾ ਸੀਗਾ ਔਰ ਇਹ ਜ਼ਿਆਦਾਤਰ ਪਹਿਲਾਂ ਹਲਵਾਈ ਇਹਦੀ ਵਰਤੋਂ ਕਰਦੇ ਸੀਗੇ ਅਤੇ ਇਹ ਵੀ ਮੈਨੂੰ ਕਿਸੇ ਹਲਵਾਈ ਦੀ ਦੁਕਾਨ ਤੋਂ ਮਿਲਿਆ। ਸਵਾਰੀ ਲਮਰੇਟੇ ਦੀ ਹੋਵੇ ਅਤੇ ਕਿਆ ਬਾਤ ਹੈ, ਅਤੇ ਪ੍ਰੋਗਰਾਮ ਹੋਵੇ ਅਨਮੋਲ ਖਜ਼ਾਨਾ, ਅਤੇ ਪੰਜਾਬ ਦੀਆਂ ਰੌਹ ਰੀਤਾਂ ਰੰਗਾਂ ਦੇ ਰਿਵਾਜ਼ਾਂ ਦੇ ਨਾਲ ਨਾਲ ਸੋਹਣੀ ਮੁਟਿਆਰ, ਅਤੇ ਨਾਲ ਸਾਂਭਿਆ ਹੋਵੇ ਖਜ਼ਾਨਾ ਉਸ ਸ਼ਖਸ ਨੇ ਜਿਹਦਾ ਪੂਰੀ ਦੁਨੀਆ ਦੇ ਵਿੱਚ ਨਾਮ ਇਸ ਚੈਨਲ ਦੇ ਜ਼ਰੀਏ ਅੱਜ ਸ਼ਾਈਨ ਕਰ ਜਾਣਾ, ਚਮਕ ਜਾਣਾ। ਨਵਦੀਪ ਜੀ, ਮੇਰਾ ਦਿਲ ਨਹੀਂ ਕਰਦਾ ਇੱਥੋਂ ਉਤਰਨ ਨੂੰ, ਤੁਹਾਨੂੰ ਹੀ ਥੋੜ੍ਹਾ ਜਿਹਾ ਲਾਗੇ ਆਉਣਾ ਪੈਣਾ। ਅਤੇ ਤੁਸੀਂ ਦੱਸ ਦਿਓ, ਇਹ ਜਿਹੜੀ ਲਾਈਨ ਵਾਈਜ਼ ਵੱਖਰੀ ਵੱਖਰੀ ਕਲੈਕਸ਼ਨ ਰੱਖੀ ਹੋਈ ਹੈ, ਇਹ ਨਾਮ ਕੀ ਨੇ ਅਤੇ ਕਿੱਦਾਂ ਕਿੱਦਾਂ ਤੁਹਾਨੂੰ ਮਿਲੀਆਂ? ਜਿਹੜਾ ਇਹ ਮੋਟਰਸਾਈਕਲ ਆ ਜੀ, 1971 ਮਾਡਲ ਆ ਜੀ, ਜਾਵਾ ਮੋਟਰਸਾਈਕਲ ਆ। ਇਹ ਜਿਹੜਾ ਸਕੂਟਰ ਹੈਗਾ ਜੀ ਲਮਰੇਟਾ, 1963 ਮਾਡਲ ਆ ਜੀ। ਇਸ ਤੋਂ ਅੱਗੇ ਬੌਬੀ ਰਾਜਦੂਤ, ਜਿਹਦੇ ਉੱਪਰ ਫਿਲਮ ਬਣੀ ਸੀ ਬੌਬੀ ਯੇ ਦੋਸਤੀ ਹਮ ਨਹੀਂ ਛੋੜੇਂਗੇ, ਉਹਦੇ ਵਿੱਚ ਇਹਦੀ ਵਰਤੋਂ ਹੋਈ ਸੀ। ਬੌਬੀ ਰਾਜਦੂਤ 1972 ਮਾਡਲ ਇਹ ਮੋਟਰਸਾਈਕਲ ਆ। ਉਸ ਤੋਂ ਅੱਗੇ ਪ੍ਰੀਆ ਸਕੂਟਰ ਆ 1982 ਮਾਡਲ, ਔਰ ਉਸ ਤੋਂ ਅੱਗੇ ਇੱਕ ਸਾਈਕਲ ਆ ਜੋ ਕਿ ਸਾਡੇ ਜੀਰੇ ਦੇ ਇੱਕ ਅਧਿਆਪਕ ਇੰਦਰਜੀਤ ਸਿੰਘ ਜੋ ਕਿ ਮੈਥਸ ਦੇ ਟੀਚਰ ਸੀ, ਉਹਨਾਂ ਨੇ ਖੁਦ ਆਪ ਤਿਆਰ ਕੀਤਾ ਸੀ। ਇਹ ਲਗਭਗ 80 ਸਾਲ ਪੁਰਾਣਾ ਹੋਏਗਾ। ਇਹ ਉਹਨਾਂ ਨੇ ਆਪ ਇਹਦਾ ਮੈਥਮੈਟੀਕਲ ਢੰਗ ਦੇ ਨਾਲ ਡਰਾਇੰਗ ਕਰਕੇ ਇਹਦਾ ਜਿਹੜਾ ਪਿਛਲਾ ਟਾਇਰ ਤਿਆਰ ਕੀਤਾ ਸੀਗਾ, ਔਰ ਜੀਰੇ ਤੋਂ ਸਰਹਾਲੀ ਉਹ ਇਸ ਸਾਈਕਲ ਦੇ ਉੱਪਰ ਜਾਂਦੇ ਸੀ। ਉਹਨਾਂ ਦੇ ਦੱਸਣ ਮੁਤਾਬਕ ਇਹਦੀ ਸਪੀਡ ਇੰਨੀ ਜ਼ਿਆਦਾ ਬਣ ਜਾਂਦੀ ਸੀ ਕਿ ਉਹ ਅੱਧੇ ਘੰਟੇ ਦੇ ਵਿੱਚ 25-30 ਕਿਲੋਮੀਟਰ ਇਹਦੇ ਉੱਪਰ ਉਹ ਸਫ਼ਰ ਕਰ ਜਾਂਦੇ ਸੀਗੇ। ਔਰ ਇਹ ਮੈਂ ਉਹਨਾਂ ਤੋਂ ਕਾਫ਼ੀ ਵਾਰ ਕਹਿਣ ਦੇ ਬਾਵਜੂਦ ਜਿਹੜਾ ਉਹਨਾਂ ਨੇ ਮੈਨੂੰ ਹੁਣ ਇਹ ਸਾਈਕਲ ਦਿੱਤਾ ਵਾ, ਇਹ ਮੇਰੇ ਜਿਹੜਾ ਖਜ਼ਾਨੇ ਦੇ ਵਿੱਚ ਇੱਕ ਬਹੁਤ ਵਧੀਆ ਖਜ਼ਾਨਾ, ਸ਼ਾਇਦ ਹੀ ਮੈਨੂੰ ਲੱਗਦਾ ਮੈਂ ਜਾਂ ਮੇਰੀ ਉਮਰ ਦੇ ਹਾਣੀ ਜਿਹੜੇ ਆ ਉਹਨਾਂ ਨੇ ਕਿਤੇ ਇਹ ਸਾਈਕਲ ਦੇਖਿਆ ਹੋਏਗਾ। ਇਹ ਸਾਈਕਲ ਲਗਭਗ 75-80 ਸਾਲ ਪੁਰਾਣਾ, ਔਰ ਹੋਰ ਵੀ ਮੇਰੇ ਕੋਲ ਕਾਫ਼ੀ ਮੋਟਰਸਾਈਕਲ ਨੇ ਜੋ ਕਿ
ਸਮੇਂ ਸਮੇਂ 'ਤੇ ਮੈਂ ਉਹਨਾਂ ਦੀ ਰਿਪੇਅਰ ਕਰਾਉਂਦਾ ਰਹਿੰਦਾ ਅਤੇ ਆਪਦੀ ਰੋਜ਼ਾਨਾ ਜ਼ਿੰਦਗੀ ਵਿੱਚ ਇਹਨਾਂ ਦੀ ਮੈਂ ਵਰਤੋਂ ਕਰਦਾ ਰਹਿੰਦਾ। ਅਤੇ ਨਵਦੀਪ, ਇਹ ਚੀਜ਼ਾਂ ਅੱਜ ਤੁਸੀਂ ਸਪੈਸ਼ਲੀ ਇੱਦਾਂ ਡਿਸਪਲੇ ਕੀਤੀਆਂ ਕਿ ਹਮੇਸ਼ਾ ਹੀ ਇੱਥੇ ਹੀ ਹੁੰਦੀਆਂ, ਕਿਉਂਕਿ ਇਹਨਾਂ ਦੀ ਕੇਅਰ ਕਰਨੀ, ਹਵਾ ਘੱਟਾ ਆਉਂਦੇ, ਡਸਟ ਆਉਂਦੀ ਅਤੇ ਨਾਲ ਦੀ ਨਾਲ ਬਾਰਿਸ਼ ਦੀ ਟਿਪ ਟਿਪ ਇਹਨਾਂ 'ਤੇ ਪੈਂਦੀ ਹੈ, ਅਤੇ ਕੇਅਰ ਬਹੁਤ ਜ਼ਰੂਰੀ ਹੈ। ਇਹਨਾਂ ਲਈ ਸਪੈਸ਼ਲ ਕੋਈ ਜਗ੍ਹਾ ਹੈ ਜਿੱਥੇ ਇਹਨਾਂ ਨੂੰ ਖੜ੍ਹੇ ਕਰਦੇ ਹੋ? ਹਾਂ ਬਿਲਕੁਲ ਜੀ, ਅੱਜ ਅਕਾਲ ਚੈਨਲ ਜਿਹੜਾ ਕਿ ਮੇਰੇ ਘਰ ਦੇ ਵਿੱਚ ਮੌਜੂਦ ਆ, ਮੇਰੇ ਕੋਲ ਆਏ ਨੇ। ਉਸ ਚੈਨਲ ਦੇ ਜ਼ਰੀਏ ਮੈਂ ਆਪਦੇ ਦੋਸਤਾਂ ਮਿੱਤਰਾਂ ਅਤੇ ਨਵੇਂ ਬਣਨ ਜਾ ਰਹੇ ਮਿੱਤਰਾਂ ਦੇ ਲਈ ਇਸ ਘਰ ਦੀ ਰੌਣਕ ਬਣਾ ਕੇ ਅੱਜ ਲੈ ਕੇ ਆਇਆ। ਵੈਸੇ ਮੈਂ ਇਹਨਾਂ ਲਈ ਆਪਦੇ ਘਰ ਦੇ ਨਾਲ ਮੇਰਾ ਇੱਕ ਹੋਰ ਘਰ ਆ, ਜਿਹਦੇ ਵਿੱਚ ਮੇਰੇ ਲਗਭਗ 3-4 ਕਮਰਿਆਂ ਦੇ ਵਿੱਚ ਮੇਰਾ ਜਿਹੜਾ ਸਮਾਨ ਡਿਸਪਲੇ ਕੀਤਾ ਹੋਇਆ, ਉੱਥੇ ਹੀ ਮੈਂ ਆਪਦੇ ਜਿਹੜੇ ਮੋਟਰਸਾਈਕਲ ਔਰ ਸਕੂਟਰ ਰੱਖੇ ਹੋਏ ਨੇ। ਜਦੋਂ ਵੀ ਮੈਨੂੰ ਆਪਦੇ ਪੇਸ਼ੇ ਤੋਂ ਵਿਹਲ ਮਿਲਦੀ ਹੈ, ਐਤਵਾਰ ਦਾ ਦਿਨ ਹੁੰਦਾ ਜਾਂ ਕੋਈ ਛੁੱਟੀ ਵਾਲਾ ਦਿਨ ਹੁੰਦਾ, ਉਦੋਂ ਮੈਂ ਇਹਨਾਂ ਦੀ ਸਾਂਭ ਸੰਭਾਲ ਕਰਦਾ ਅਤੇ ਇਹਨਾਂ ਦੀ ਮੈਂ ਵਰਤੋਂ ਕਰਦਾ ਜੀ। ਅਤੇ ਇਹ ਸਾਰੀਆਂ ਚੀਜ਼ਾਂ ਦੇ ਲਈ ਕੋਈ ਹੋਰ ਵੀ ਸਹਿਯੋਗੀ ਹੈ ਪਰਿਵਾਰ ਦੇ ਵਿੱਚੋਂ ਜਾਂ ਕੋਈ ਫਰੈਂਡ? ਬਿਲਕੁਲ ਜੀ, ਸਹਿਯੋਗ ਤੋਂ ਬਿਨਾਂ ਅਤੇ ਹੌਸਲੇ ਤੋਂ ਬਿਨਾਂ ਤਾਂ ਕੋਈ ਵੀ ਕੰਮ ਕਰਨਾ ਬਹੁਤ ਮੁਸ਼ਕਲ ਆ। ਮੈਨੂੰ ਇਸ ਕੰਮ ਦੇ ਲਈ ਜਿੱਥੇ ਮੈਂ ਆਪਦੀ ਵਕਾਲਤ ਦੇ ਕਿੱਤੇ ਤੋਂ ਜਿਹੜੀ ਆਪਦੀ ਮਿਹਨਤ ਦੀ ਕਮਾਈ ਕਰਦਾ, ਉਸ ਦੇ ਨਾਲ ਨਾਲ ਮੈਨੂੰ ਪਰਿਵਾਰ ਵੱਲੋਂ ਵੀ ਇਸ ਕੰਮ ਦੇ ਲਈ ਪੂਰਨ ਸਹਿਯੋਗ ਮਿਲ ਰਿਹਾ। ਖਾਸ ਤੌਰ 'ਤੇ ਮੇਰੇ ਮਾਤਾ ਪਿਤਾ ਔਰ ਮੇਰੀ ਪਤਨੀ, ਜਿਹੜੀ ਕਿ ਮੈਨੂੰ ਆਪਦਾ ਜਿਹੜਾ ਘਰੇਲੂ ਕੰਮ ਕਾਜ ਦਾ ਸਮਾਂ ਵਾ ਉਹਦੇ ਵਿੱਚੋਂ ਇਹ ਕੰਮ ਕਰਨ ਲਈ, ਮੇਰੇ ਸ਼ੌਂਕ ਪੂਰੇ ਕਰਨ ਲਈ ਮੈਨੂੰ ਸਹਿਯੋਗ ਦਿੰਦੇ ਆ ਔਰ ਮੈਨੂੰ ਸਮਾਂ ਦਿੰਦੇ ਆ। ਔਰ ਹੋਰ ਰਿਸ਼ਤੇਦਾਰੀਆਂ ਵਿੱਚ ਜਾਣ ਦੀ ਬਜਾਏ ਅਗਰ ਉਹਨਾਂ ਨੂੰ ਵੀ ਕਿਤੋਂ ਕੋਈ ਫੋਨ ਹੁੰਦਾ ਕਿ ਫਲਾਣੀ ਜਗ੍ਹਾ ਕੋਈ ਚੀਜ਼ ਪਈ ਆ, ਤਾਂ ਮੈਨੂੰ ਉਹ ਨਾਲ ਦੀ ਨਾਲ ਫੋਨ ਕਰ ਦਿੰਦੇ, ਭਾਵੇਂ ਕਿ ਮੈਂ ਅਦਾਲਤ ਵਿੱਚ ਕੰਮ ਕਰ ਰਿਹਾ ਵਾਂ, ਕਿ ਫਲਾਣੇ ਪਿੰਡ ਜਾਂ ਫਲਾਣੇ ਸ਼ਹਿਰ ਫੋਨ ਆਇਆ ਵਾ ਉੱਥੇ ਤੁਹਾਡੇ ਕੰਮ ਦੀ ਆ ਚੀਜ਼ ਹੈਗੀ, ਤਾਂ ਮੈਂ ਉੱਥੇ ਸਮਾਂ ਕੱਢ ਕੇ ਪਹੁੰਚ ਜਾਂਦਾ। ਇਹ ਨਾ ਗੱਲ ਵੈਸੇ ਹਜਮ ਹੋਣ ਵਾਲੀ ਨਹੀਂ ਹੈ ਕਿ ਮਿਸਿਜ਼ ਤੁਹਾਡੇ ਕਹਿਣ ਵੀ ਹਾਂਜੀ ਵਿਆਹ ਸ਼ਾਦੀ ਹੈ ਮੇਰੇ ਪੇਕਿਆਂ ਵੱਲ, ਉੱਥੇ ਨਹੀਂ ਜਾਣਾ, ਅਤੇ ਦੂਜੇ ਬੰਨੇ ਕਾਲ ਆ ਜਾਵੇ ਕਿ ਉੱਥੇ ਨਾ ਵਿਰਾਸਤੀ ਸਮਾਨ ਪਿਆ ਆਪਾਂ ਉੱਥੇ ਚੱਲੀਏ। ਬਿਲਕੁਲ ਜੀ, ਜਦੋਂ ਵੀ ਪੂਰਨ ਸਹਿਯੋਗ ਹੈ ਜੀ ਉਹਨਾਂ ਦਾ, ਉਹਨਾਂ ਨੂੰ ਵੀ ਅਸੀਂ ਤਾਰੀਫ ਕੀਤੀ ਹੈ, ਅਸੀਂ ਮਤਲਬ ਉੱਧਰ ਖੜ੍ਹੇ ਮਿਸਿਜ਼ ਵੀ ਖੁਸ਼ ਹੋ ਰਹੇ ਨੇ। ਨਹੀਂ ਬਿਲਕੁਲ ਜੀ, ਪਹਿਲਾਂ ਉਹਨਾਂ ਨੂੰ ਮੈਂ ਵਿਆਹ ਹੋਣ ਤੋਂ ਪਹਿਲਾਂ ਵੀ ਦੱਸਿਆ ਸੀ ਇਸ ਬਾਰੇ ਕਿ ਮੇਰੇ ਇਹ ਸ਼ੌਂਕ ਨੇ, ਸ਼ੌਂਕ ਸਦੀ ਵੀ ਮੇਰੇ ਨਾਲ ਰਹਿਣਗੇ, ਨਾਲ ਹੀ ਜਾਣਗੇ। ਤਾਂ ਉਹਨਾਂ ਨੇ ਮੈਨੂੰ ਇਸ ਕੰਮ ਦੇ ਵਿੱਚ ਜਦੋਂ ਯੈਸ ਕੀਤੀ ਤਾਂ ਮੈਂ ਆਪਦੇ ਵਿਆਹ ਲਈ ਉਸ ਤੋਂ ਬਾਅਦ ਹੀ ਹਾਮੀ ਭਰੀ ਸੀ ਕਿ ਮੇਰੇ ਜਿਹੜੇ ਸ਼ੌਂਕ ਆ ਚੱਲਦੇ ਰਹਿਣਗੇ, ਬੰਦ ਨਹੀਂ ਹੋਣਗੇ, ਉਸ ਤੋਂ ਬਾਅਦ ਹੀ ਮੇਰੀ ਜਿਹੜੀ ਸ਼ਾਦੀ। ਉਹਨਾਂ ਨੂੰ ਵੀ ਪੁੱਛਿਆ ਸੀ ਵੀ ਤੁਹਾਡਾ ਵੀ ਕੋਈ ਸ਼ੌਂਕ ਹੈ ਜਿਹੜਾ ਨਾਲ ਦੀ ਨਾਲ ਮੈਂ ਵੀ ਮਤਲਬ ਹੈਲਪਫੁਲ ਰਹੂੰਗਾ? ਹਾਂ, ਉਹਨਾਂ ਨੂੰ ਸਿਰਫ ਪੜ੍ਹਾਈ ਦਾ ਸ਼ੌਂਕ ਸੀਗਾ, ਹੁਣ ਉਹਨਾਂ ਨੂੰ ਸ਼ੌਂਕ ਆ ਜਦੋਂ ਸਮਾਂ ਮਿਲਦਾ ਮੇਰੀ ਹੈਲਪ ਕਰਦੇ ਨੇ। ਪੁਰਾਣੇ ਜਿਹੜੇ ਭਾਂਡੇ ਆ ਪਿੱਤਲ ਦੇ ਔਰ ਮੇਰੇ ਮਦਰ, ਜਦੋਂ ਵੀ ਉਹਨਾਂ ਨੂੰ ਟਾਈਮ ਮਿਲਦਾ ਵਾ ਛੁੱਟੀ ਵਾਲੇ ਦਿਨ ਮੇਰਾ ਸਾਥ ਦਿੰਦੇ, ਅਸੀਂ ਰਲ ਮਿਲ ਕੇ ਉਹਨਾਂ ਦੀ ਸਾਂਭ ਸੰਭਾਲ ਕਰਦੇ। ਬਹੁਤ ਬਹੁਤ ਧੰਨਵਾਦ ਨਵਦੀਪ ਜੀ। ਪ੍ਰੋਗਰਾਮ ਅਨਮੋਲ ਖਜ਼ਾਨਾ ਇੱਥੇ ਹੀ ਸਮਾਪਤ ਹੁੰਦਾ, ਪਰ ਸਿਰਫ ਐਪੀਸੋਡ ਅੱਜ ਦਾ ਇੱਥੇ ਸਮਾਪਤ ਹੁੰਦਾ, ਅਗਲੇ ਦਿਨ। ਔਰ ਉਮੀਦ ਹੈ ਕਿ ਅੱਜ ਦਾ ਇਹ ਐਪੀਸੋਡ ਵੀ ਤੁਹਾਨੂੰ ਸਾਰਿਆਂ ਨੂੰ ਬੇਹੱਦ ਪਸੰਦ ਆਇਆ ਹੋਵੇਗਾ, ਔਰ ਘਰ ਦੇ ਵਿੱਚ ਅੱਜ ਟੋਣਾ ਸ਼ੁਰੂ ਕਰ ਦੇਣਾ ਜਿੰਨੇ ਵੀ ਇਹ ਐਪੀਸੋਡ ਦੇਖਿਆ ਪ੍ਰੋਗਰਾਮ ਅਨਮੋਲ ਖਜ਼ਾਨਾ ਮੇਰੇ ਨਾਲ ਯਾਨੀ ਰਣਦੀਪ ਕੌਰ ਦੇ ਨਾਲ, ਅਤੇ ਲੱਭ ਲੈਣੀ ਹੈ ਕਿਸੇ ਵੀ ਕੋਨੇ 'ਚੋਂ ਕਿਸੇ ਵੀ ਖੂੰਜੇ 'ਚੋਂ ਵਿਰਾਸਤੀ ਚੀਜ਼ਾਂ ਜਿਹੜੀਆਂ ਸ਼ਾਇਦ ਤੁਸੀਂ ਕਦੇ ਸਾਂਭ ਕੇ ਰੱਖਤੀਆਂ ਸੀ ਕਿਸੇ ਖੂੰਜੇ ਵਾੜ ਕੇ। ਮੈਂ ਬਹੁਤ ਠੇਠ ਪੰਜਾਬੀ ਬੋਲ ਰਹੀ ਹਾਂ ਕਿਉਂਕਿ ਪੰਜਾਬੀ ਮੇਰੀ ਮਾਂ ਬੋਲੀ ਹੈ, ਔਰ ਮੈਨੂੰ ਪਤਾ ਹੈ ਕਿ ਇਸੇ ਬੋਲੀ ਤੋਂ ਅੱਜ ਮੈਂ ਪੂਰੀ ਦੁਨੀਆ ਦੇ ਵਿੱਚ ਜਾਣੀ ਜਾਣੀ ਹਾਂ। ਸੋ ਬਹੁਤ ਬਹੁਤ ਧੰਨਵਾਦ ਨਵਦੀਪ ਜੀ ਤੁਹਾਡਾ। ਮੈਂ ਆਪਦੇ ਵੱਲੋਂ, ਆਪਦੇ ਪਰਿਵਾਰ ਵੱਲੋਂ ਅਕਾਲ ਚੈਨਲ ਔਰ ਉਹਨਾਂ ਦੀ ਸਾਰੀ ਟੀਮ ਜਿਹੜਾ ਕਿ ਆਪਦਾ ਕੀਮਤੀ ਸਮਾਂ ਕੱਢ ਕੇ ਪੰਜਾਬ ਦੇ ਇੱਕ ਛੋਟੇ ਜਿਹੇ ਸ਼ਹਿਰ ਜੀਰਾ ਵਿੱਚ ਪਹੁੰਚੇ ਆ, ਮੈਂ ਉਹਨਾਂ ਦਾ ਇੱਥੇ ਆਉਣ 'ਤੇ ਤਹਿ ਦਿਲੋਂ ਧੰਨਵਾਦ ਕਰਦਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।